ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਲਈ ਕਹਾਣੀ ਪੇਸ਼ ਕਰਨ ਜਾ ਰਹੇ ਹਾਂ ਫਿਰ ਉਹੀ ਮੋੜ ਜ਼ਿੰਦਗੀ ਦਾ, ਸੈਂਤੀਵਾਂ ਭਾਗ। ਸੁਮਨ ਹਾਮੀ ਭਰਦੇ ਹੋਏ, ਮੈਂ ਇੱਥੇ ਹੀ ਹਾਂ, ਮਨਰਾਜ ਅੱਗੇ ਗੱਲ ਤੁਰਦੇ ਹੋਏ। ਮੈਂ ਦੱਸਣਾ ਸੀ ਕਿ ਮੈਨੂੰ ਪਤਾ ਸਭ ਤੁਹਾਡੇ ਘਰ ਦੀ ਪ੍ਰੋਬਲਮ ਬਾਰੇ। ਤੁਸੀਂ ਘਬਰਾਇਓ ਨਾ, ਸਟੈਂਡ ਲਓ ਆਪਣਾ, ਜੇ ਗਲਤ ਚੱਲਦੇ ਆ। ਪਰ ਮੈਂ ਕੁਝ ਹੋਰ ਦੱਸਣਾ ਸੀ, ਤੁਹਾਡੇ ਸਹੁਰੇ ਪਿੰਡ 'ਚੋਂ ਸਾਡੀ ਫੈਕਟਰੀ 'ਚ ਇੱਕ ਬੰਦਾ ਆਉਂਦਾ ਹੈ ਕੰਮ 'ਤੇ, ਮੇਰੇ ਨਾਲ ਬਹੁਤ ਬਣਦੀ ਆ ਉਹਦੀ। ਤੁਹਾਡੇ ਸਹੁਰਿਆਂ 'ਚੋਂ ਕੋਈ ਉਹਦੇ ਨਾਲ ਇੱਕ ਦਿਨ ਮੈਨੂੰ ਮਿਲਣ ਆਏ ਸੀ। ਉਹ ਪੁੱਛਦੇ ਸੀ ਅਜੀਬ ਜਿਹੀਆਂ ਗੱਲਾਂ ਮੇਰੇ ਤੋਂ ਘੁਮਾ ਫਿਰਾ ਕੇ ਤੁਹਾਡੇ ਕਰੈਕਟਰ ਬਾਰੇ। ਮੈਨੂੰ ਬਹੁਤ ਗੁੱਸਾ ਆਇਆ ਸੁਣ ਕੇ। ਮੈਂ ਉੱਥੇ ਹੀ ਇਹ ਤਸੱਲੀ ਕਰਾ ਕੇ ਭੇਜ ਦਿੱਤਾ ਕਿ ਮੇਰੇ ਕੋਲ ਨਹੀਂ ਇੱਦਾਂ ਦੀਆਂ ਗੱਲਾਂ ਕਰਨੀਆਂ, ਨਾ ਮੈਂ ਉਹਦੇ ਖਿਲਾਫ ਕੁਝ ਸੁਣ ਸਕਦਾ। ਉਹ ਜਿੰਨਾ ਚਿਰ ਮੇਰੇ ਨਾਲ ਰਹੀ ਬਸ ਮੇਰੀ ਹੀ ਸੀ, ਕਦੇ ਕਿਸੇ ਬਾਰੇ ਉਹ ਸੋਚ ਵੀ ਨਹੀਂ ਸਕਦੀ ਸੀ। ਮੇਰੇ ਨਾਲ ਇੰਨਾ ਪਿਆਰ ਕਰਦੀ ਸੀ, ਨਾਲੇ ਮੇਰੇ ਘਰ ਦੀ ਪ੍ਰੋਬਲਮ ਨੂੰ ਆਪਣੇ ਮਸਲੇ ਨਾਲ ਨਾ ਜੋੜੋ, ਸਾਡੀ ਕੋਈ ਹੋਰ ਪ੍ਰੋਬਲਮ ਸੀ, ਅੱਗੇ ਤੋਂ ਨਾ ਮੇਰੇ ਕੋਲ ਆਇਓ ਇੱਦਾਂ ਦੀਆਂ ਗੱਲਾਂ ਪੁੱਛਣ। ਸੁਮਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਅਨੁਜ ਦੇ ਘਰਦਿਆਂ ਨੇ ਇੱਥੋਂ ਤੱਕ ਪਹੁੰਚ ਕੀਤੀ ਸੀ, ਉਹ ਵੀ ਇੰਨੀ ਘਟੀਆ ਗੱਲ ਲਈ, ਜਦਕਿ ਅਨੁਜ ਅਜੇ ਤੱਕ ਵੀ ਉਸ 'ਤੇ ਯਕੀਨ ਕਰਨ ਦੀ ਗੱਲ ਕਰਦਾ ਸੀ। ਸੁਮਨ ਟੈਨਸ਼ਨ 'ਚ, ਅੱਛਾ ਕੌਣ ਆਇਆ ਸੀ ਉਹਨਾਂ 'ਚੋਂ, ਅਨੁਜ ਜਾਂ ਕੋਈ ਹੋਰ, ਅਤੇ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ। ਮਨਰਾਜ ਸੋਚਦੇ ਹੋਏ, ਇਹ ਤਾਂ ਪਤਾ ਨਹੀਂ ਕਿ ਕੌਣ ਸੀ, ਹਾਂ ਪਰ ਅਨੁਜ ਨਹੀਂ ਸੀ, ਪਰ ਉਹ ਵੀ ਜੋ ਵੀ ਸੀ ਉਹਨਾਂ ਨੂੰ ਚੰਗੀਆਂ ਸੁਣਾਈਆਂ। ਮੈਂ ਆਪਣੇ ਵੱਲੋਂ ਅਤੇ ਇੱਜ਼ਤ 'ਤੇ ਕੋਈ ਦਾਗ ਨਹੀਂ ਲੱਗਣ ਦਿੱਤਾ, ਸਗੋਂ ਚੰਗੀ ਤਰ੍ਹਾਂ ਖਾਨੇ ਪਾਤੀ ਸੀ ਕਿ ਸੁਮਨ ਅਜਿਹੀ ਨਹੀਂ ਸੀ, ਅਤੇ ਨਾ ਹੀ ਸਾਡਾ ਰਿਸ਼ਤਾ ਟੁੱਟਣ ਦਾ ਅਜਿਹਾ ਘਟੀਆ ਕਾਰਨ ਸੀ। ਸਾਡੀਆਂ ਪ੍ਰੋਬਲਮਾਂ ਕੁਝ ਹੋਰ ਸਨ, ਤਾਂ ਉਹਨਾਂ ਨੂੰ ਕੋਈ ਗੱਲ ਨਹੀਂ ਮਿਲੀ ਕਰਨ ਨੂੰ, ਅਤੇ ਉਹ ਚਲੇ ਗਏ। ਤੁਸੀਂ ਟੈਨਸ਼ਨ ਨਾ ਲਿਓ, ਮੈਂ ਉਹਨਾਂ ਕੋਲ ਤੁਹਾਡੇ ਖਿਲਾਫ ਕੁਝ ਨਹੀਂ ਬੋਲਿਆ, ਸਗੋਂ ਗੁੱਸਾ ਆ ਗਿਆ ਸੀ ਮੈਨੂੰ ਕਿ ਉਹ ਤੁਹਾਡੇ ਕਰੈਕਟਰ ਬਾਰੇ ਮੇਰੇ ਤੋਂ ਕੋਖ ਕਰਨ ਆਏ ਨੇ। ਬਾਕੀ ਮੰਮੀ ਹੋਣਾ ਦਾ ਮੈਨੂੰ ਪਤਾ ਨਹੀਂ, ਕਿਉਂਕਿ ਉਹ ਤੁਹਾਡੇ ਖਿਲਾਫ ਬੋਲਦੇ ਨੇ ਬਾਹਰ ਸ਼ਾਇਦ, ਪਰ ਮੇਰੇ ਮੂਹਰੇ ਨਹੀਂ ਬੋਲਣ ਦਿੰਦਾ ਮੈਂ ਕੁਝ ਉਹਨਾਂ ਨੂੰ। ਸੁਮਨ ਨੂੰ ਸੁਣ ਕੇ ਬਹੁਤ ਦੁੱਖ ਹੋਇਆ ਕਿ ਅਨੁਜ ਦੇ ਪਰਿਵਾਰ 'ਚੋਂ ਕਿਸੇ ਨੇ ਮਨਰਾਜ ਤੱਕ ਉਸਦੇ ਅਤੀਤ ਨੂੰ ਲੈ ਕੇ ਪਹੁੰਚ ਕੀਤੀ ਸੀ, ਅਤੇ ਉਸ ਨੂੰ ਖੁਸ਼ੀ ਵੀ ਸੀ ਕਿ ਮਨਰਾਜ ਨੇ ਉਸ ਬਾਰੇ ਕੁਝ ਵੀ ਗਲਤ ਨਹੀਂ ਬੋਲਿਆ ਸੀ। ਸੁਮਨ ਦੀ ਮਨਰਾਜ ਨਾਲ ਹੋਈ ਇਹ ਗੱਲਬਾਤ ਨੂੰ 1 ਸਾਲ ਹੋ ਚੁੱਕਿਆ ਹੈ, ਅਤੇ ਅਨੁਜ ਦਾ ਪਰਿਵਾਰ ਮਨਰਾਜ ਕੋਲ ਉਸ ਗੱਲ ਤੋਂ 6 ਕੁ ਮਹੀਨੇ ਪਹਿਲਾਂ ਹੀ ਜਾ ਕੇ ਆਇਆ ਸੀ। ਸੁਮਨ ਨੂੰ ਅਹਿਸਾਸ ਹੋਇਆ ਕਿ ਚੰਗਾ ਹੀ ਹੋਇਆ ਇੱਕ ਤਰ੍ਹਾਂ ਨਾਲ ਕਿ ਉਸ ਦੀ ਮਨਰਾਜ ਨਾਲ ਗੱਲ ਹੋ ਗਈ, ਨਹੀਂ ਤਾਂ ਉਸਨੂੰ ਅਨੁਜ ਦੇ ਪਰਿਵਾਰ ਦੀ ਇਸ ਹਰਕਤ ਦਾ ਕਦੇ ਪਤਾ ਨਹੀਂ ਸੀ ਲੱਗਣਾ। ਸੁਮਨ ਨੇ ਮਨਰਾਜ ਨਾਲ ਹੋਈ ਗੱਲਬਾਤ ਆਪਣੇ ਘਰਦਿਆਂ ਤੋਂ ਲੁਕੋਈ ਸੀ, ਅਤੇ ਉਸਨੇ ਇਹ ਵੀ ਗੱਲ ਸਭ ਤੋਂ ਲੁਕੋਈ ਕਿ ਅਨੁਜ ਦੇ ਪਰਿਵਾਰ ਨੇ ਕੀ ਹਰਕਤ ਕੀਤੀ ਸੀ, ਕਿਉਂਕਿ ਉਸਨੂੰ ਲੱਗਦਾ ਸੀ ਕਿ ਘਰ ਦੇ ਪਹਿਲਾਂ ਹੀ ਅਨੁਜ ਤੋਂ ਦੁਖੀ ਅਤੇ ਨਾਰਾਜ਼ ਸਨ। ਜੇ ਉਹ ਉਹਨਾਂ ਨੂੰ ਇਹ ਗੱਲ ਦੱਸੇਗੀ ਕਿ ਅਨੁਜ ਦੇ ਪਰਿਵਾਰ ਨੇ ਇਹ ਹਰਕਤ ਕੀਤੀ ਹੈ, ਤਾਂ ਉਹ ਅਨੁਜ ਪ੍ਰਤੀ ਹੋਰ ਭੜਕ ਜਾਣਗੇ। ਸੁਮਨ ਕੋਸ਼ਿਸ਼ ਕਰਦੀ ਸੀ ਕਿ ਅਨੁਜ ਨੂੰ ਘਰਦਿਆਂ ਦੇ ਗੁੱਸੇ ਦਾ ਸਾਹਮਣਾ ਨਾ ਕਰਨਾ ਪਵੇ, ਜਦਕਿ ਸਭ ਪਾਸੇ ਅਨੁਜ ਕਰਕੇ ਉਸਦੀ ਇਮੇਜ ਇਹ ਬਣੀ ਹੋਈ ਸੀ ਕਿ ਉਸਨੂੰ ਅਨੁਜ ਦੀ ਜ਼ਰਾ ਵੀ ਪਰਵਾਹ ਨਹੀਂ ਹੈ, ਕਿਉਂਕਿ ਅਨੁਜ ਦੀ ਦਿੱਖ ਅਤੇ ਕੰਮ ਉਸਦਾ ਅਕਸ ਵਿਪਰੀਤ ਦਿਖਾਉਂਦੇ ਸਨ। ਪਰ
ਅਸਲ 'ਚ ਉਹ ਅਨੁਜ ਦੀਆਂ ਕਈ ਜਾਤੀਆਂ ਘਰਦਿਆਂ ਤੋਂ ਲੁਕੋ ਚੁੱਕੀ ਸੀ ਤਾਂ ਕਿ ਉਹ ਡੈਡੀ ਹੁਣਾਂ ਦੇ ਗੁੱਸੇ ਦਾ ਬਹੁਤਾ ਸ਼ਿਕਾਰ ਨਾ ਬਣੇ, ਜਦਕਿ ਉਹ ਆਪ ਅਨੁਜ ਨੂੰ ਉਸ ਨੂੰ ਮਿਲਣ ਜਾਂ ਉਸਦੇ ਰਾਹ 'ਚ ਖੜ੍ਹੇ ਹੋਣ ਤੋਂ ਆਪਣਾ ਗੁੱਸਾ ਦਿਖਾਉਂਦੀ ਰਹਿੰਦੀ ਸੀ। ਉਸ ਦਾ ਦਿਲ ਤਾਂ ਕਰਦਾ ਸੀ ਕਿ ਉਹ ਅਨੁਜ ਨੂੰ ਉਸਦੇ ਘਰਦਿਆਂ ਦੀ ਇਹ ਹਰਕਤ ਦੱਸ ਦੇਵੇ, ਪਰ ਉਸਨੇ ਉਸ ਨੂੰ ਵੀ ਇਹ ਗੱਲ ਨਹੀਂ ਦੱਸੀ ਸੀ। ਉਸਨੇ ਲਤਾ ਨਾਲ ਪਰ ਇਹ ਗੱਲ ਜ਼ਰੂਰ ਸ਼ੇਅਰ ਕਰ ਲਈ ਸੀ ਕਿ ਉਸਦੀ ਮਨਰਾਜ ਨਾਲ ਇੱਕ ਦਫ਼ਾ ਗੱਲ ਹੋਈ ਸੀ ਅਤੇ ਉਸਨੇ ਅਨੁਜ ਦੇ ਘਰਦਿਆਂ ਦੀ ਉਸ ਕੋਲ ਇਹ ਗੱਲ ਦੱਸੀ ਹੈ। ਲਤਾ ਸੁਮਨ ਦੀ ਗੱਲ ਸੁਣ ਖੁਦ ਬਹੁਤ ਹੈਰਾਨ ਹੋਈ ਸੀ ਜਦ ਉਸਨੇ ਅਨੁਜ ਦੇ ਘਰਦਿਆਂ ਬਾਰੇ ਇਹ ਗੱਲ ਸੁਣੀ, ਪਰ ਉਸਨੇ ਸੁਮਨ ਨੂੰ ਕਿਹਾ ਕਿ ਉਹ ਮਨਰਾਜ ਨਾਲ ਫਿਰ ਵੀ ਲਿੰਕ 'ਚ ਨਾ ਰਹੇ ਕਿਉਂਕਿ ਇਸ ਨਾਲ ਹੋਰ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਕਿਉਂਕਿ ਕਿਸੇ 'ਤੇ ਵੀ ਯਕੀਨ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਸੁਮਨ ਨੇ ਉਸ ਨੂੰ ਯਕੀਨ ਦਵਾਇਆ ਕਿ ਉਹ ਮਨਰਾਜ ਨਾਲ ਉਸ ਦਿਨ ਤੋਂ ਬਾਅਦ ਲਿੰਕ 'ਚ ਨਹੀਂ ਹੈ ਅਤੇ ਨਾ ਹੀ ਰਹੇਗੀ ਕਿਉਂਕਿ ਉਸ ਨੂੰ ਪਤਾ ਹੈ ਕਿ ਆਪਣੀ ਡਾਵਾਂਡੋਲ ਜ਼ਿੰਦਗੀ ਦੇ ਇਸ ਪੜਾਅ 'ਤੇ ਉਹ ਮਨਰਾਜ ਨਾਲ ਕੋਈ ਲਿੰਕ ਰੱਖ ਕੇ ਮੁਸ਼ਕਲਾਂ ਨੂੰ ਹੋਰ ਸੱਦਾ ਨਹੀਂ ਦੇ ਸਕਦੀ। 10 ਅਕਤੂਬਰ 2020 ਸਾਲ ਹੋ ਗਿਆ ਸੀ ਉਸ ਗੱਲ ਨੂੰ, ਪਰ ਅੱਜ ਤੱਕ ਸੁਮਨ ਨੇ ਅਨੁਜ ਦੇ ਘਰਦਿਆਂ ਦੀ ਉਸ ਹਰਕਤ ਬਾਰੇ ਘਰ ਗੱਲ ਨਹੀਂ ਸੀ ਕੀਤੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਹ ਗੱਲ ਜੇ ਘਰ ਪਤਾ ਲੱਗੀ ਤਾਂ ਡੈਡੀ ਦਾ ਗੁੱਸਾ 7ਵੇਂ ਅਸਮਾਨ 'ਤੇ ਪਹੁੰਚ ਜਾਵੇਗਾ ਜੋ ਆਖਰ ਅਨੁਜ 'ਤੇ ਹੀ ਫੁੱਟੇਗਾ। ਇਸ ਲਈ ਉਸਨੇ ਇਹ ਗੱਲ ਘਰ ਨਹੀਂ ਦੱਸੀ, ਜਦਕਿ ਅਨੁਜ ਆਪਣੀਆਂ ਹਰਕਤਾਂ ਨਾਲ ਸਭ ਪਾਸੇ ਉਸਦੀ ਇਮੇਜ ਇਹ ਬਣਾ ਰਿਹਾ ਸੀ ਕਿ ਰਸਤਿਆਂ 'ਚ ਖੜ੍ਹਾ ਹੋ ਕੇ ਕਿ ਉਹ ਸੁਮਨ ਦੀ ਬਹੁਤ ਕੇਅਰ ਕਰਦਾ ਹੈ, ਪਰ ਸੁਮਨ ਉਸਦੀ ਨਹੀਂ। ਸੁਮਨ ਦਾ ਬਰਥਡੇ ਆਉਣ ਵਾਲਾ ਸੀ 20 ਅਕਤੂਬਰ ਨੂੰ। ਆਪਣੇ ਹਰ ਬਰਥਡੇ 'ਤੇ ਸੁਮਨ ਨੂੰ ਇਹ ਟੈਨਸ਼ਨ ਪੈ ਜਾਂਦੀ ਸੀ ਕਿ ਅਨੁਜ ਫਿਰ ਉਸਦੇ ਬਰਥਡੇ 'ਤੇ ਉਸਨੂੰ ਗਿਫਟ ਦੇ ਕੇ ਆਪਣਾ ਪਿਆਰ ਜਿਤਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗਾ, ਜੋ ਉਸ ਲਈ ਅਜਿਹੇ ਹਾਲਾਤ 'ਚ ਬੇਹੱਦ ਅਨਕੰਫਰਟੇਬਲ ਹੁੰਦਾ। ਉਸ ਤੋਂ ਪਹਿਲਾਂ ਲਤਾ ਦੀ ਬੇਟੀ ਰੀਆ ਦਾ ਬਰਥਡੇ 19 ਅਕਤੂਬਰ ਨੂੰ ਹੁੰਦਾ ਸੀ। ਲਤਾ ਆਪਣਾ ਸੈਲੂਨ ਖੋਲ੍ਹਣ ਕਾਰਨ ਬਹੁਤ ਬਿਜ਼ੀ ਚੱਲ ਰਹੀ ਸੀ। ਸੁਮਨ ਨੇ ਕੀਤੀ ਇਸ ਬਾਰੇ ਲਤਾ ਨਾਲ ਗੱਲ। ਲਤਾ ਟੈਨਸ਼ਨ 'ਚ, ਮੈਂ ਤਾਂ ਤੇਰੇ ਬਰਥਡੇ ਵਾਲੇ ਦਿਨ ਵੀ ਬਿਜ਼ੀ ਹੋਣਾ ਅਤੇ ਇੱਕ ਦਿਨ ਪਹਿਲਾਂ ਵੀ ਕਿਉਂਕਿ ਉਸ ਦਿਨ ਬ੍ਰਾਈਡਲ ਤਿਆਰ ਕਰਨੀਆਂ ਨੇ, ਪਰ ਤੂੰ ਆ ਜਾਈਂ ਜਾਂ ਫਿਰ ਤੂੰ ਦੱਸ ਕਿੱਦਾਂ ਕਰਨੀ, ਰੀਆ ਲਈ ਵੀ ਨਹੀਂ ਕੁਝ ਲੈ ਹੋਇਆ ਮੇਰੇ ਤੋਂ ਤਾਂ। ਸੁਮਨ ਇੱਦਾਂ ਕਰ, ਰੀਆ ਦਾ ਬਰਥਡੇ 15 ਨੂੰ ਸੈਲੀਬ੍ਰੇਟ ਕਰਦੇ ਹਾਂ, ਮੈਂ ਉਸ ਦਿਨ ਫ੍ਰੀ ਹਾਂ, 19 ਨੂੰ ਸੰਡੇ ਹੋਣ ਕਰਕੇ ਮੈਂ ਮਕਾਨ ਦੇਖਣ ਜਾਣੇ 1-2 ਅਤੇ 20 ਤੋਂ ਸਕੂਲ ਓਪਨ ਹੋ ਜਾਣੇ ਆ, ਤਾਂ ਵੀ ਔਖਾ ਹੋ ਜਾਣਾ। ਮੈਂ ਆਪ ਸੋਚਦੀ ਸੀ ਲੋਕਡਾਊਨ ਵੀ ਹੁਣ ਹੀ ਮੁੱਕਣਾ ਸੀ, ਮੇਰਾ ਬਰਥਡੇ ਤਾਂ ਲੰਘਾ ਦਿੰਦੇ। ਮੈਂ ਵੈਸੇ ਤਾਂ ਜਾਣਾ ਛੇਤੀ ਘਰ, ਉਸ ਦਿਨ ਗੈਸਟ ਆਉਣ ਵਾਲੇ ਆ, ਨਾਲੇ ਉਸ ਦਿਨ ਫੋਟੋ ਸ਼ੂਟ ਵੀ ਆ ਮੇਰਾ, ਘਰ ਹੀ ਕਰਨਾ, ਉਹਨਾਂ ਨੇ ਹੀ ਸੌਂਗ ਆਇਆ ਸੀ ਨਾ ਮੇਰਾ, ਪੂਰੀ ਟੀਮ ਨੇ ਆਉਣਾ ਹੈ ਘਰ ਸੈਲੀਬ੍ਰੇਟ ਕਰਨ, ਬਰਥਡੇ ਕੇਕ ਵੀ ਲਿਆਉਣਾ ਉਹਨਾਂ ਨੇ, ਇਸ ਲਈ ਆਪਣੇ ਬਰਥਡੇ 'ਤੇ ਤਾਂ ਮੈਂ ਬਹੁਤ ਬਿਜ਼ੀ ਰਹਿਣਾ। ਰੀਆ ਦਾ ਮਨਾ ਲੈਂਦੇ ਹਾਂ 15 ਨੂੰ, ਹੈ ਨਾ ਲਤਾ, ਹੱਸਦੇ ਹੋਏ, ਲੈ ਤਾਂ ਫੋਟੋ ਸ਼ੂਟ ਵੀ ਹੋਣ ਲੱਗੇ। ਹਾਂ ਹਾਂ ਭਾਈ, ਹੁਣ ਸੈਲੀਬ੍ਰਿਟੀ ਜੋ ਬਣ ਗਈ ਹੈ ਤੂੰ, ਹੱਸਦੇ ਹੋਏ, ਹੁਣ ਸਾਡੇ ਨਾਲ ਕਿੱਥੇ ਮਨਾਉਣਾ ਬਰਥਡੇ, ਹੱਸਦੇ ਹੋਏ, ਚੱਲ ਵਧੀਆ ਹੈ, ਕਰਾ ਫੋਟੋ ਸ਼ੂਟ, ਭੇਜੀ ਫਿਰ ਮੈਨੂੰ ਵੀ। ਵਨੀਤਾ ਹੁਣੀ ਤਾਂ ਵਿਆਹ ਜਾਣਾ ਉਸ ਦਿਨ,
ਸੁਮਨ ਸੋਚਦੇ ਹੋਏ, ਜਦ ਤੱਕ ਮੇਰੇ ਫਰੈਂਡਸ ਨੇ ਕੇਕ ਲੈ ਕੇ ਆਉਣਾ ਤਦ ਤੱਕ ਉਹਨਾਂ ਨੇ ਚਲੇ ਗਏ ਹੋਣਾ। ਜਲੰਧਰ ਜਾਣਾ ਉਹਨਾਂ ਨੇ, ਰਾਤ ਦਾ ਵਿਆਹ ਏ। 15 ਅਕਤੂਬਰ 2020 ਸ਼ਾਮ 4:45 ਵਜੇ ਸੁਮਨ, ਚੱਲ ਮੈਂ ਆਉਣ ਲੱਗੀ ਹਾਂ, ਅਰਪਿਤ ਨਾਲ ਹੈ, ਮੈਂ ਕੇਕ ਲੈਂਦੀ ਪਈ ਹਾਂ, ਬਸ ਨਿਕਲਣ ਲੱਗੀ ਹਾਂ। ਗਿਫਟ ਮੈਂ ਰੀਆ ਦੀ ਪਸੰਦ ਦਾ ਲੈ ਲਿਆ ਸੀ ਜੋ ਉਸਨੂੰ ਚਾਹੀਦਾ ਸੀ। ਲਤਾ ਕੇਕ ਰਹਿਣ ਦੇ, ਤੂੰ ਕਿਉਂ ਲਿਆ, ਗਿਫਟ ਕੀ ਲਿਆ? ਸੁਮਨ, ਕੋਈ ਨਹੀਂ, ਫਿਰ ਕੀ ਹੋਇਆ? ਲੈ ਲਿਆ ਮੈਂ ਕੇਕ। ਗਿਫਟ ਉਹੀ, ਉਸਨੂੰ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਨਾ, ਮੈਂ ਪੂਰੀ ਕਿੱਟ ਲੈ ਲਈ ਉਸ ਦੇ ਲਈ ਡਰਾਇੰਗ ਦੀ। ਲਤਾ, ਅੱਛਾ, ਫਿਰ ਤਾਂ ਖੁਸ਼ ਹੋ ਜਾਣਾ ਉਸਨੇ, ਚੱਲ ਆ ਜਾ ਛੇਤੀ ਫਿਰ। ਸੁਮਨ, ਅੱਛਾ, ਭਰਾਵਾਂ ਕਿੱਥੇ? ਲਤਾ, ਮੇਰੇ ਸ਼ੋਅਰੂਮ ਦੇ ਨਾਲ ਹੀ ਨਵਾਂ ਰੈਸਟੋਰੈਂਟ ਓਪਨ ਹੋਇਆ, ਟੇਸਟੀ ਐਂਡ ਟੇਸਟੀ, ਉੱਥੇ ਚੱਲਦੇ ਹਾਂ, ਆ ਜਾ ਛੇਤੀ। ਸੁਮਨ ਅਤੇ ਅਰਪਿਤ ਉੱਥੇ ਪਹੁੰਚ ਗਏ ਅਤੇ ਬਰਥਡੇ ਸੈਲੀਬ੍ਰੇਟ ਕਰ 6 ਵਜੇ ਘਰ ਆ ਗਏ। 20 ਅਕਤੂਬਰ ਨੂੰ ਸੁਮਨ ਦਾ ਬਰਥਡੇ ਸੀ ਅਤੇ ਲੋਕਡਾਊਨ ਤੋਂ ਬਾਅਦ ਸਕੂਲ ਓਪਨ ਹੋਣ ਦਾ ਪਹਿਲਾ ਦਿਨ ਵੀ, ਪਰ ਸਕੂਲ ਸਿਰਫ 3 ਘੰਟੇ ਓਪਨ ਕਰਨ ਦੀਆਂ ਹਿਦਾਇਤਾਂ ਸਨ, ਇਸ ਲਈ ਉਸਨੂੰ ਤਸੱਲੀ ਸੀ ਕਿ ਉਹ ਘਰ ਛੇਤੀ ਹੀ ਪਹੁੰਚ ਜਾਵੇਗੀ ਗੈਸਟ ਆਉਣ ਤੱਕ। ਸੁਮਨ ਦੀ ਸੋਚ ਸੱਚ ਹੋ ਗਈ ਸੀ। ਅਨੁਜ 11 ਵਜੇ ਦੇ ਕਰੀਬ ਸੁਮਨ ਦੇ ਸਕੂਲ ਗਿਫਟ ਲੈ ਕੇ ਸਿੱਧਾ ਉਸਦੀ ਕੰਪਿਊਟਰ ਲੈਬ 'ਚ ਪੁੱਜ ਗਿਆ ਜਿੱਥੇ ਉਹ ਪੀਰੀਅਡ ਲਗਾ ਰਹੀ ਸੀ। ਅਨੁਜ ਨੇ ਟੇਬਲ 'ਤੇ ਗਿਫਟ ਰੱਖ ਦਿੱਤਾ ਅਤੇ ਜ਼ਬਰਦਸਤੀ ਉਸਨੂੰ ਰੱਖਣ ਲਈ ਕਹਿਣ ਲੱਗਾ। ਸੁਮਨ ਨੂੰ ਕਲਾਸ ਦੇ ਮੋਹਰੇ ਉਸਨੂੰ ਗੁੱਸਾ ਹੋਣਾ ਠੀਕ ਨਹੀਂ ਲੱਗਦਾ ਸੀ, ਪਰ ਉਹ ਬਹੁਤ ਔਖਾ ਫੀਲ ਕਰ ਰਹੀ ਸੀ। ਉਸਨੂੰ ਗੁੱਸਾ ਤਾਂ ਬਹੁਤ ਆ ਰਿਹਾ ਸੀ ਕਿ ਉਹ ਉਸਦੇ ਸਟਾਫ ਮੋਹਰੇ ਕੀ ਸਾਬਤ ਕਰਨਾ ਚਾਹੁੰਦਾ ਹੈ, ਪਰ ਉਹ ਕੁਝ ਕਰ ਨਾ ਸਕੀ। ਸੁਮਨ ਨੇ ਮਨਾ ਤਾਂ ਕੀਤਾ ਗਿਫਟ ਰੱਖਣ ਲਈ, ਪਰ ਉਹ ਨਾ ਮੰਨਿਆ ਵਾਪਸ ਲਿਜਾਉਣ ਨੂੰ ਅਤੇ ਸੁਮਨ ਕੋਲੋਂ ਉਸਦੀ ਬੇਇੱਜ਼ਤੀ ਨਾ ਹੋ ਸਕੀ। ਅਨੁਜ ਨੇ ਉਸਦੀ ਗੱਡੀ ਦੀ ਚਾਬੀ ਚੁੱਕੀ ਅਤੇ ਗਿਫਟ ਗੱਡੀ 'ਚ ਰੱਖ ਕੇ ਚਾਬੀ ਉਸਨੂੰ ਫੜਾ ਕੇ ਚਲਾ ਗਿਆ। ਸੁਮਨ ਦਾ ਮੂਡ ਉਦੋਂ ਹੀ ਔਫ ਹੋ ਗਿਆ ਸੀ ਕਿਉਂਕਿ ਉਹ ਉਹਨਾਂ ਕੰਮਾਂ ਤੋਂ ਥੱਕ ਚੁੱਕੀ ਸੀ, ਜਦਕਿ ਉਹ ਆਪਣਾ ਮੂਡ ਠੀਕ ਰੱਖਣਾ ਚਾਹੁੰਦੀ ਸੀ ਕਿਉਂਕਿ ਘਰ ਉਸਦਾ ਬਰਥਡੇ ਸੈਲੀਬ੍ਰੇਟ ਕਰਨ ਲਈ ਸਪੈਸ਼ਲ ਗੈਸਟ ਆਉਣ ਵਾਲੇ ਸਨ। ਪਰ ਉਸਦਾ ਮੂੰਹ ਅੱਜ ਉੱਡਿਆ ਉੱਡਿਆ ਲੱਗਦਾ ਸੀ, ਉਹ ਫਰਸਟ੍ਰੇਟ ਹੋ ਗਈ ਸੀ ਇਸ ਗੱਲ ਤੋਂ ਕਿ ਅਨੁਜ ਉੱਥੇ ਕਿਉਂ ਆਇਆ ਉਸ ਕੋਲ। ਸੁਮਨ ਨੇ ਇਸੇ ਫਰਸਟ੍ਰੇਸ਼ਨ 'ਚ ਕਈ ਸੋਚਾਂ ਦਿਮਾਗ 'ਚ ਲੈ ਕੇ 1 ਵਜੇ ਘਰ ਪਹੁੰਚੀ। ਵਨੀਤਾ ਹੁਣੀ ਵਿਆਹ ਤੋਂ ਜਾਣ ਦੀ ਤਿਆਰੀ ਕਰ ਰਹੇ ਸਨ। ਸੁਮਨ ਨੂੰ ਇਹ ਸੀ ਕਿ ਉਹ ਆਪਣੇ ਦੂਰੋਂ ਆਉਣ ਵਾਲੇ ਗੈਸਟ ਨੂੰ ਸਹੀ ਸਮਾਂ ਦੇ ਸਕੇ ਅਤੇ ਸ਼ਾਮ ਨੂੰ ਉਸਦਾ ਬਰਥਡੇ ਡੈਡੀ ਵੱਲ ਹੀ ਸੈਲੀਬ੍ਰੇਟ ਕਰਨਾ ਸੀ ਕਿਉਂਕਿ ਘਰ ਦੇ ਹਰ ਮੈਂਬਰ ਦਾ ਬਰਥਡੇ ਉੱਥੇ ਹੀ ਮਨਾਇਆ ਜਾਂਦਾ ਸੀ। ਸੁਮਨ ਦੀ ਇਸ ਦਿਨ ਬਹੁਤ ਨੱਠ ਭੱਜ ਬਣੀ ਹੋਈ ਸੀ। ਰਾਤ 12 ਵਜੇ ਤੋਂ ਹੀ ਉਸਨੂੰ ਜਨਮਦਿਨ ਦੀਆਂ ਵਧਾਈਆਂ ਦੇ ਲਗਾਤਾਰ ਮੈਸੇਜ ਆ ਰਹੇ ਸਨ। ਅਜੇ ਸੋਸ਼ਲ ਮੀਡੀਆ ਜ਼ਿਆਦਾ ਚੈੱਕ ਕਰਨ ਦਾ ਵੀ ਉਸ ਕੋਲ ਟਾਈਮ ਨਹੀਂ ਸੀ। ਉਸਦੇ ਰਿਸ਼ਤੇਦਾਰ, ਫਰੈਂਡਸ ਅਤੇ ਫੈਨਸ ਉਸ ਨੂੰ ਮੈਸੇਂਜਰ 'ਤੇ, ਉਸਦੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਦੇ ਪੇਜ 'ਤੇ ਉਸ ਨੂੰ ਵਧਾਈਆਂ ਦੇ ਰਹੇ ਸਨ। ਉਸਨੇ ਫਰੈਂਡਸ ਨਾਲ ਬਰਥਡੇ ਸੈਲੀਬ੍ਰੇਟ ਕਰਨ ਅਤੇ ਫੋਟੋਸ਼ੂਟ ਤੋਂ ਬਾਅਦ ਸ਼ਾਮ ਨੂੰ ਡੈਡੀ ਵੱਲ ਜਾਣਾ ਸੀ ਕਿਉਂਕਿ ਉਹਨਾਂ ਨੇ ਵੀ ਕੇਕ ਲਿਆਂਦਾ ਹੋਇਆ ਸੀ। ਰਾਤ ਤੱਕ ਸੁਮਨ ਨੂੰ ਬਰਥਡੇ ਕੋਲਸ ਆਉਂਦੀਆਂ ਰਹੀਆਂ। ਅੰਦਰੋਂ ਉਸਦਾ ਮੂਡ ਅਨੁਜ ਕਰਕੇ ਖਰਾਬ ਸੀ ਕਿਉਂਕਿ ਜਦ ਉਹ ਵਨੀਤਾ ਕੋਲ ਘਰ ਪਹੁੰਚੀ ਸੀ ਤਾਂ ਉਸਨੂੰ ਪਤਾ ਲੱਗਾ ਕਿ ਅਨੁਜ ਸਵੇਰੇ ਪਹਿਲਾਂ ਘਰ ਆਇਆ ਸੀ ਗਿਫਟ ਦੇਣ। ਇਹ ਸੁਣ ਕੇ ਸੁਮਨ ਨੂੰ ਉਸ 'ਤੇ ਹੋਰ ਖਿੱਚ ਚੜ੍ਹ ਗਈ ਸੀ।
ਸੁਮਨ ਜਦ ਸਕੂਲ ਤੋਂ ਘਰ ਆਈ ਤਾਂ ਇਸ ਬਾਰੇ ਵਨੀਤਾ ਨਾਲ ਗੱਲ ਕਰਦਿਆਂ ਸੁਮਨ ਟੈਂਸ਼ਨ 'ਚ ਅਨੁਜ ਆਇਆ ਸੀ ਸਕੂਲ, ਪਤਾ ਨਹੀਂ ਕੀ ਆ ਇਸ ਬੰਦੇ ਨੂੰ, ਕਿਉਂ ਆ ਜਾਂਦਾ ਸਕੂਲ, 50 ਵਾਰ ਕਿਹਾ ਕਿ ਸਕੂਲ ਨਾ ਆਇਆ ਕਰ, ਫਿਰ ਉੱਥੇ ਗਿਫਟ ਚੁੱਕ ਕੇ ਤੁਰ ਪਿਆ। ਵਨੀਤਾ ਹੈਰਾਨੀ ਨਾਲ, ਹਾਂ ਸਵੇਰੇ ਵੀ ਤਾਂ ਇੱਥੇ ਆਇਆ ਸੀ ਘਰ। ਸੁਮਨ ਹੈਰਾਨੀ ਅਤੇ ਗੁੱਸੇ 'ਚ, ਕੀ ਦੇਖ ਲੈ ਕੀ ਕਰਦਾ ਇਹ, ਤਾਂ ਹੀ ਗੁੱਸਾ ਆਉਂਦਾ ਮੈਨੂੰ, ਜੇ ਇਹਨੇ ਗਿਫਟ ਹੀ ਦੇਣਾ ਹੁੰਦਾ ਤਾਂ ਸਵੇਰੇ ਘਰ ਆਇਆ ਸੀ, ਘਰ ਰੱਖ ਕੇ ਜਾ ਸਕਦਾ ਸੀ, ਉੱਥੇ ਸਕੂਲ 'ਚ ਆ ਕੇ ਮੇਰਾ ਤਮਾਸ਼ਾ ਜ਼ਰੂਰ ਬਣਾਉਣਾ ਹੁੰਦਾ ਇਹਨੇ, ਫਿਰ ਕਲਾਸ 'ਚ ਬੰਦਾ ਕੀ ਕਹੇ ਇਹਨੂੰ, ਮੇਰਾ ਦਿਮਾਗ ਖਰਾਬ ਕੀਤਾ ਇਸ ਬੰਦੇ ਨੇ, ਜਾਣ ਕੇ ਉੱਥੇ ਲੈ ਕੇ ਆਇਆ ਗਿਫਟ ਸਭ ਨੂੰ ਦੱਸਣ ਲਈ ਕਿ ਮੈਂ ਕਿੰਨਾ ਕਰਦਾ ਇਹਦਾ। ਵਨੀਤਾ ਤਲੱਖੀ 'ਚ, ਫਿਰ ਤੂੰ ਕੁਝ ਕਹਿਣ ਨਹੀਂ ਦਿੰਦੀ ਮੈਨੂੰ ਇਹਨੂੰ, ਤਾਂ ਹੀ ਖਿਜੀ ਹੁੰਦੀ ਹਾਂ ਮੈਂ ਇਹਨੂੰ ਆਏ ਨੂੰ, ਫਿਰ ਤੈਨੂੰ ਬੁਰਾ ਲੱਗਦਾ ਕਿ ਇਹਦੀ ਬੇਇੱਜ਼ਤੀ ਹੁੰਦੀ ਹੈ। ਲੈ ਲਾ ਹੁਣ, ਸੁਮਨ ਨੇ ਗੈਸਟ ਆਉਣ ਕਾਰਨ ਬਹੁਤ ਮੁਸ਼ਕਿਲ ਆਪਣਾ ਮੂਡ ਸਹੀ ਰੱਖਿਆ ਤਾਂ ਕਿ ਉਹਨਾਂ ਦਾ ਮੂਡ ਖਰਾਬ ਨਾ ਹੋਵੇ। ਖੈਰ ਸੁਮਨ ਦਾ ਬਰਥਡੇ ਵਧੀਆ ਹੀ ਰਿਹਾ ਸੀ, ਉਹ ਬਹੁਤ ਵਧੀਆ ਕੇਕ ਲਿਆਏ ਸੀ ਅਤੇ ਫਿਰ ਫੋਟੋ ਸ਼ੂਟ ਕੀਤਾ ਕਿਉਂਕਿ ਕੈਮਰਾਮੈਨ ਵੀ ਨਾਲ ਹੀ ਸੀ। ਸੁਮਨ ਅਨੁਜ ਦੇ ਕਿੱਸੇ ਪਿੱਛੇ ਛੱਡ ਉਸ ਦਿਨ ਆਪਣੇ ਗੈਸਟ ਨਾਲ ਬਿਜ਼ੀ ਰਹੀ ਅਤੇ ਉਸ ਦੀ ਭਤੀਜੀ ਰਸ਼ਮੀ ਵੀ ਉੱਥੇ ਹੀ ਆਈ ਹੋਈ ਸੀ। ਸੁਮਨ ਨੇ ਰਸ਼ਮੀ ਅਤੇ ਅਰਪਿਤ ਨਾਲ ਵੀ ਫੋਟੋਆਂ ਕਰਵਾਈਆਂ ਅਤੇ ਕੇਕ ਕੱਟਿਆ। ਉਸ ਤੋਂ ਬਾਅਦ ਰਾਤ ਨੂੰ ਸੁਮਨ ਡੈਡੀ ਹੋਣਾ ਵੱਲ ਚਲੀ ਗਈ ਅਤੇ ਉੱਧਰ ਵੀ ਕੇਕ ਕੱਟਿਆ ਅਤੇ ਸਭ ਨੇ ਸੁਮਨ ਨੂੰ ਗਿਫਟ ਦਿੱਤੇ। ਸੁਮਨ ਨੇ ਬਾਅਦ 'ਚ ਘਰ ਆ ਕੇ ਫੋਟੋਆਂ ਸੋਸ਼ਲ ਮੀਡੀਆ 'ਤੇ ਆਪਣੇ ਪੇਜ 'ਤੇ ਅਪਲੋਡ ਕੀਤੀਆਂ ਤਾਂ ਉਸਦੇ ਫੈਨਸ ਨੇ ਫਿਰ ਉਸਦੀਆਂ ਪਿਕਸ 'ਤੇ ਉਸ ਨੂੰ ਵਧਾਈਆਂ ਦਿੱਤੀਆਂ। ਇਸ ਤਰ੍ਹਾਂ ਉਸਦਾ ਇਹ ਇੱਕ ਬਹੁਤ ਹੀ ਬਿਜ਼ੀ ਪਰ ਯਾਦਗਾਰ ਦਿਨ ਬਣ ਗਿਆ ਕਿਉਂਕਿ ਉਸੇ ਦਿਨ ਉਸਦਾ ਸੌਂਗ ਵੀ ਰਿਲੀਜ਼ ਹੋਇਆ ਸੀ ਅਤੇ ਉਹ ਰਾਤ 1 ਵਜੇ ਤੱਕ ਸਭ ਦੇ ਵਧਾਈਆਂ ਦੇ ਰਿਪਲਾਈ ਕਰਦੀ ਰਹੀ ਤਾਂ ਕਿ ਕੋਈ ਨਾਰਾਜ਼ ਨਾ ਹੋ ਜਾਵੇ। 21 ਅਕਤੂਬਰ 2020, ਜਿੱਥੇ ਸੁਮਨ ਹੁਣ ਸਕੂਲ ਜਾਣ ਕਾਰਨ ਸਕੂਲ ਦੇ ਕੰਮਾਂ 'ਚ ਵੀ ਬਿਜ਼ੀ ਹੋ ਗਈ ਸੀ, ਉੱਥੇ ਹੁਣ ਆਪਣੀ ਸਟੋਰੀ ਲਈ ਕੋਈ ਵਾਜਿਬ ਸਮਾਂ ਨਹੀਂ ਮਿੱਥ ਸਕੀ ਸੀ, ਇਸ ਲਈ ਉਸਦੀ ਸਟੋਰੀ ਪਾਰਟ ਥੋੜ੍ਹਾ ਲੇਟ ਹੋ ਰਹੇ ਸਨ ਕਿਉਂਕਿ ਉਹ ਵਿੱਚ ਆਪਣੇ ਲਈ ਮਕਾਨ ਦੇਖਣ ਵਿੱਚ ਵੀ ਬਿਜ਼ੀ ਰਹਿੰਦੀ ਸੀ ਅਤੇ ਅਰਪਿਤ ਦੀਆਂ ਜ਼ਿੰਮੇਵਾਰੀਆਂ 'ਚ ਵੀ। ਸੁਮਨ ਦੀ 1 ਨਵੰਬਰ ਨੂੰ ਕੰਟਰੋਲ ਰੂਮ ਸਿਵਲ ਸਰਜਨ ਦੇ ਦਫ਼ਤਰ ਨਵਾਂ ਸ਼ਹਿਰ 'ਚ ਹੀ ਦੁਬਾਰਾ ਡਿਊਟੀ ਆ ਗਈ ਸੀ ਜੋ ਕਿ ਉਸਨੇ ਪਹਿਲਾਂ ਵੀ ਇੱਕ ਦਿਨ ਦਿੱਤੀ ਸੀ। 4 ਨਵੰਬਰ ਨੂੰ ਕਰਵਾ ਚੌਥ ਦਾ ਵਰਤ ਵੀ ਆ ਰਿਹਾ ਸੀ। ਸੁਮਨ ਇਸ ਸਾਲ ਤੋਂ ਕਰਵਾ ਚੌਥ ਦਾ ਵਰਤ ਰੱਖਣਾ ਵੀ ਬੰਦ ਕਰ ਰਹੀ ਸੀ, ਇਸ ਲਈ ਉਸਨੇ ਵਨੀਤਾ, ਰੀਮਾ ਅਤੇ ਲਤਾ ਨੂੰ ਇਹ ਕਹਿ ਦਿੱਤਾ ਸੀ ਕਿ ਉਹ ਵਰਤ ਨਹੀਂ ਰੱਖੇਗੀ। ਸੁਮਨ ਨੂੰ ਬਸ ਇਹੀ ਟੈਂਸ਼ਨ ਸੀ ਕਿ ਅਨੁਜ ਵਰਤ ਰੱਖ ਕੇ ਫਿਰ ਉਸਦੇ ਲਈ ਆਪਣਾ ਪਿਆਰ ਜਿਤਾਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਉਹ ਵੀ ਵਰਤ ਰੱਖਦਾ ਸੀ, ਪਰ ਉਸ ਵੱਲੋਂ ਹੋਏ ਕੋੜੇ ਤਜਰਬਿਆਂ ਨੂੰ ਯਾਦ ਕਰ ਸੁਮਨ ਨੂੰ ਉਸਦੇ ਅਨੁਜ ਦੇ ਇਹ ਜਜ਼ਬਾਤ ਹੁਣ ਖੋਖਲੇ ਅਤੇ ਬੇਕਾਰ ਲੱਗਦੇ ਸਨ। ਸੁਮਨ ਅਨੁਜ ਨੂੰ ਵੀ ਵਰਤ ਨਾ ਰੱਖ ਕੇ ਇਹ ਦੱਸਣਾ ਚਾਹੁੰਦੀ ਸੀ ਕਿ ਉਹ ਉਸ ਵੱਲੋਂ ਹੁਣ ਸਭ ਕੁਝ ਖਤਮ ਹੋ ਚੁੱਕਿਆ ਹੈ ਤਾਂ ਕਿ ਉਹ ਕਿਸੇ ਆਸ 'ਤੇ ਨਾ ਬੈਠਾ ਰਹੇ ਕਿ ਸੁਮਨ ਅਜੇ ਵੀ ਉਸ ਲਈ ਵਰਤ ਰੱਖਦੀ ਹੈ। ਵੈਸੇ ਵੀ ਸੁਮਨ ਇਹ ਵਰਤ ਕੋਈ ਉਮਰ ਵਧਾਉਣ ਲਈ ਨਹੀਂ ਰੱਖਦੀ ਸੀ, ਉਹ ਇਸ ਵਰਤ ਨੂੰ ਪਿਆਰ ਦਾ ਪ੍ਰਤੀਕ ਸਮਝ ਕੇ ਰੱਖਦੀ ਸੀ। ਬਸ ਇਸ ਲਈ ਜਦ ਉਹ ਪਿਆਰ ਹੀ ਨਹੀਂ ਰਿਹਾ ਸੀ ਫਿਰ ਇਸ ਵਰਤ ਦੀ ਵੀ ਉਸਦੇ ਹਿਸਾਬ ਨਾਲ ਕੋਈ ਮਤਲਬ ਨਹੀਂ ਬਣਦਾ ਸੀ।
ਸੁਮਨ ਨੇ ਸਭ ਤੋਂ ਪਹਿਲਾਂ ਇਸ ਬਾਰੇ ਲਤਾ ਨਾਲ ਗੱਲ ਕੀਤੀ। ਜਦ ਲਤਾ ਨੇ ਕਰਵਾ ਚੌਥ ਦੀ ਸ਼ੋਪਿੰਗ ਸੰਬੰਧੀ ਉਸ ਨਾਲ ਗੱਲ ਕਰਨੀ ਚਾਹੀ, ਲਤਾ ਖੁਸ਼ੀ 'ਚ ਕੀ ਪਾਉਣਾ ਫਿਰ ਇਸ ਵਾਰ ਵਰਤੇ? ਸੁਮਨ, ਮੈਂ ਨਹੀਂ ਰੱਖਣਾ ਯਾਰ ਵਰਤ, ਤੂੰ ਰੱਖ ਲੈ। ਲਤਾ ਜ਼ੋਰ ਪਾਉਂਦੇ ਹੋਏ, ਕੀ ਯਾਰ, ਹਰ ਵਾਰ ਇਹੀ ਕਹਿਣਾ ਜ਼ਰੂਰੀ ਹੁੰਦਾ ਹੈ? ਜਦ ਪਤਾ ਹੀ ਹੈ ਕਿ ਰੱਖਣਾ ਤਾਂ ਰੱਖਣਾ। ਸੁਮਨ, ਮੈਂ ਨਹੀਂ ਰੱਖਣਾ ਬਸ। ਹੁਣ ਤੁਸੀਂ ਮੈਨੂੰ ਇਹ ਕਹਿਣ ਤੋਂ ਕਦੋਂ ਹਟਣਾ? ਜਦ ਓਫੀਸ਼ਲੀ ਡਾਇਵੋਰਸ ਹੋ ਜਾਣਾ ਤਦ ਹਟਣਾ ਇਹ ਕਹਿਣ ਤੋਂ? ਇੱਦਾਂ ਕੀ ਹੋ ਗਿਆ, ਹੋ ਜਾਣਾ ਹੁਣ? ਲਤਾ, ਨਹੀਂ ਰੱਖਣਾ ਸੱਚੀ ਫਿਰ? ਸੁਮਨ, ਟੈਨਸ਼ਨ 'ਚ ਨਹੀਂ, ਐਵੇਂ ਫਿਰ ਸੋਚੂਗਾ ਕਿ ਮੇਰੇ ਲਈ ਅਜੇ ਵੀ ਵਰਤ ਰੱਖਦੀ ਹੈ, ਮੈਂ ਨਹੀਂ ਕੁਝ ਸੋਚਣ ਦੇਣਾ ਚਾਹੁੰਦੀ ਉਸਨੂੰ। ਲਤਾ ਸਮਝਾਉਂਦੇ ਹੋਏ, ਚੱਲ ਠੀਕ ਹੈ, ਪਰ ਤਿਆਰ ਤਾਂ ਹੋ ਹੀ ਜਾਵੀਂ ਉਸ ਦਿਨ, ਮਹਿੰਦੀ ਮੁੰਦੀ ਲਗਵਾ ਲਈ, ਆ ਜਾਈ ਮੇਰੇ ਕੋਲ। ਸੁਮਨ, ਟੈਨਸ਼ਨ 'ਚ ਨਹੀਂ, ਮੈਂ ਕੁਝ ਨਹੀਂ ਕਰਨਾ ਉਸ ਦਿਨ, ਮੈਨੂੰ ਤਾਂ ਇਹ ਡਰ ਹੈ ਕਿ ਉਹ ਸਕੂਲ ਨਾ ਆਵੜੇ ਫਿਰ ਉਸ ਦਿਨ, ਮੈਂ ਛੁੱਟੀ ਕਰ ਲੈਣੀ ਉਸ ਦਿਨ, ਐਵੇਂ ਫਿਰ ਉੱਥੇ ਤਮਾਸ਼ਾ ਬਣੇਗਾ ਮੇਰਾ। ਲਤਾ ਟੈਨਸ਼ਨ 'ਚ, ਇੱਦਾਂ ਦੇ ਕੰਮ ਤਾਂ ਉਹਨੂੰ ਪਹਿਲਾਂ ਆਉਂਦੇ ਆ, ਚੱਲ ਤੂੰ ਮੇਰੇ ਕੋਲ ਆ ਜਾਈਂ, ਉਸ ਦਿਨ ਆਪਾਂ ਫੋਟੋਆਂ ਖਿੱਚਾਂਗੇ, ਹੋਰ ਕਿਹਦੇ ਨਾਲ ਇੰਜੋਏ ਕਰਨਾ ਮੈਂ? ਸੁਮਨ ਸੋਚਦੇ ਹੋਏ, ਦੇਖੂੰਗੀ, ਕੁਝ ਇੰਜੋਏ ਕਰਨ ਨੂੰ ਮਨ ਨਹੀਂ ਕਰਦਾ। 22 ਅਕਤੂਬਰ 2020, ਸੁਮਨ ਨੇ ਦੇਖਿਆ ਕਿ ਉਸ ਨੂੰ ਕਿਸੇ ਮੈਡਮ ਨੇ ਉਸ ਨਾਲ 4 ਤਰੀਕ ਦੀ ਡਿਊਟੀ ਰਿਪਲੇਸ ਕਰਨ ਬਾਰੇ ਪੁੱਛਿਆ ਸੀ ਆਪਣੇ ਨਾਲ। ਸੁਮਨ ਨੇ ਸੋਚਿਆ ਕਿ ਉਹ 1 ਤਰੀਕ ਦੀ ਡਿਊਟੀ ਜੇ 4 ਨੂੰ ਕੰਟਰੋਲ ਰੂਮ 'ਚ ਕਰ ਲਵੇ ਤਾਂ ਵਧੀਆ ਰਹੇਗਾ, ਕਿਉਂਕਿ ਉਸ ਦਿਨ ਵਰਤ ਸੀ ਅਤੇ ਵਰਤ ਵਾਲੇ ਦਿਨ ਉਹ ਸਕੂਲ ਜਾ ਕੇ ਅਨੁਜ ਦੇ ਡਰਾਮੇ ਤੋਂ ਵੀ ਬਚ ਜਾਵੇਗੀ। ਉਸ ਨੇ ਰੇਣੂ ਮੈਡਮ ਨਾਲ ਆਪਣੀ ਡਿਊਟੀ ਐਕਸਚੇਂਜ ਕਰਵਾ ਲਈ ਤਾਂ ਕਿ ਉਹ 9 ਤੋਂ 5 ਉਸ ਦਿਨ ਡਿਊਟੀ 'ਤੇ ਵੱਜੀ ਰਹੇ, ਤਾਂ ਕਿ ਵਰਤ ਵਾਲੇ ਦਿਨ ਅਨੁਜ ਵੱਲੋਂ ਕ੍ਰੀਏਟ ਕੀਤੇ ਜਾਣ ਵਾਲੇ ਉਸ ਅਨਕੰਫਰਟੇਬਲ ਮੂਵਮੈਂਟ ਤੋਂ ਬਚ ਸਕੇ ਅਤੇ ਘਰ ਦੀਆਂ ਸਭ ਔਰਤਾਂ ਦੇ ਉਸ ਨੂੰ ਵਰਤ ਨਾ ਰੱਖਦੇ ਹੋਏ ਦੇਖਣ ਨੂੰ ਅਨਕੰਫਰਟੇਬਲ ਜ਼ੋਨ 'ਚੋਂ ਨਿਕਲ ਕੇ ਉਹਨਾਂ ਲਈ ਵੀ ਉਹ ਦਿਨ ਸੁਖਾਲਾ ਕਰ ਸਕੇ, ਤਾਂ ਕਿ ਉਹ ਆਪਣਾ ਵਰਤ ਉਸ ਬਾਰੇ ਚਿੰਤਿਤ ਨਾ ਹੋ ਕੇ ਵਧੀਆ ਗੁਜ਼ਾਰ ਸਕਣ। ਸੁਮਨ ਆਪਣੀਆਂ ਇਹਨਾਂ ਹੀ ਸੋਚਾਂ ਦੇ ਚਲਦੇ 2 ਵਜੇ ਘਰ ਪਹੁੰਚੀ। ਅੱਜ ਉਸ ਨੇ ਹੋਰ ਵੀ ਕਈ ਕੰਮ ਕਰਨੇ ਸਨ ਜ਼ਰੂਰੀ, ਸਕੂਲ ਨਾਲ ਹੀ ਰਿਲੇਟਡ। ਇੰਨਾ ਸੋਚ ਹੀ ਰਹੀ ਸੀ ਕਿ ਇੱਕ ਅਣਜਾਣ ਨੰਬਰ ਤੋਂ ਕਾਲ ਦੇਖ ਕੇ ਉਸ ਨੇ ਉਠਾਇਆ ਤਾਂ ਇੱਕ ਲੇਡੀ ਅੱਗਿਓਂ ਬੋਲ ਰਹੀ ਸੀ। ਲੇਡੀ ਹੱਸਦੇ ਹੋਏ, ਹਾਂਜੀ ਸੁਮਨ, ਕਿੱਦਾਂ, ਕੀ ਹਾਲ ਹੈ? ਸੁਮਨ ਨੇ ਉਸ ਨੂੰ ਨਹੀਂ ਪਛਾਣਿਆ ਅਤੇ ਪਿਆਰ ਨਾਲ ਪੁੱਛਿਆ ਕਿ ਉਹ ਕੌਣ ਹੈ। ਸੁਮਨ, ਹਾਂਜੀ ਨਮਸਤੇ, ਮੈਂ ਠੀਕ ਹਾਂ, ਪਰ ਮੈਂ ਪਛਾਣਿਆ ਨਹੀਂ ਤੁਹਾਨੂੰ। ਲੇਡੀ ਹੱਸਦੇ ਹੋਏ, ਪਛਾਣਿਆ ਨਹੀਂ, ਮੈਂ ਰਿੰਪੀ ਬੋਲਦੀ ਹਾਂ ਮੀਰਪੁਰ ਤੋਂ। ਸੁਮਨ ਨੂੰ ਇਹ ਸੁਣਦਿਆਂ ਪਛਾਣਨ 'ਚ ਦੇਰ ਤਾਂ ਨਾ ਲੱਗੀ ਕਿ ਉਹ ਅਨੁਜ ਦੇ ਨਾਨਕਿਆਂ ਤੋਂ ਉਸ ਦੇ ਮਾਮੇ ਦੀ ਬਹੂ ਰਿੰਪੀ ਸੀ, ਜਿਸ ਨੂੰ ਉਹ ਬਹੁਤ ਪਸੰਦ ਵੀ ਕਰਦੀ ਸੀ। ਇਹ ਉਹੀ ਬਹੂ ਸੀ ਉਹ ਜਿਸ ਦੇ ਜਦ ਬੇਬੀ ਹੋਇਆ ਸੀ ਤਾਂ ਸੁਮਨ ਸਕੂਲ ਤੋਂ ਛੁੱਟੀ ਲੈ ਕੇ ਉੱਥੇ ਰਹੀ ਸੀ ਕੇਅਰ ਕਰਨ ਲਈ, ਜਦਕਿ ਅਨੁਜ ਕਾਫੀ ਮਿੰਨਤ ਕਰਨ 'ਤੇ ਵੀ ਉਸ ਦੇ ਰਹਿਣ ਨਹੀਂ ਆਇਆ, ਜਦਕਿ ਉਸ ਦੇ ਆਪਣੇ ਹੀ ਨਾਨਕੇ ਸੀ ਜਿੱਥੇ ਸੁਮਨ ਨੂੰ ਚੁੱਲ੍ਹਾ ਚੌਂਕਾ ਸਾਂਭਣ ਲਈ ਛੱਡਿਆ ਹੋਇਆ ਸੀ। ਸੁਮਨ ਨੂੰ ਪਰ ਹੈਰਾਨੀ ਹੋਈ ਕਿ ਇੰਨੇ ਚਿਰ ਬਾਅਦ ਉਸ ਦਾ ਫੋਨ ਕਿਉਂ ਆਇਆ। ਰਿੰਪੀ ਹੱਸਦੇ ਹੋਏ, ਅਸੀਂ ਬਾਹਰ ਖੜ੍ਹੇ ਹਾਂ ਘਰ ਦੇ, ਤੇਰੇ ਭਾਅ ਜੀ ਮਨੋਜ ਦਾ ਵੱਡਾ ਭਰਾ ਵੀ ਨਾਲ ਹੀ ਹੈ, ਬਾਈਕ 'ਤੇ ਹਾਂ, ਤੈਨੂੰ ਮਿਲਣ ਆਏ ਸੀ। ਸੁਮਨ ਹੈਰਾਨੀ ਨਾਲ, ਓ ਬਾਹਰ ਹਾਂ, ਮੈਂ ਆਉਂਦੀ ਹਾਂ। ਰਿੰਪੀ, ਅੱਛਾ ਆ ਜਾਓ ਸਾਨੂੰ ਘਰ ਦਾ ਪੱਕਾ ਨਹੀਂ ਪਤਾ ਕਿਹੜਾ।
ਸੁਮਨ ਬਾਹਰ ਗਈ ਤਾਂ ਉਹ ਘਰ ਦੇ ਬਾਹਰ ਹੀ ਖੜ੍ਹੇ ਸਨ। ਅੰਦਾਜ਼ੇ ਨਾਲ ਉਹ ਉਹਨਾਂ ਨੂੰ ਹੱਸ ਕੇ ਮਿਲੀ ਅਤੇ ਅੰਦਰ ਲੈ ਗਈ। ਵਨੀਤਾ ਦੀ ਸਿਹਤ ਕਈ ਦਿਨਾਂ ਤੋਂ ਖਰਾਬ ਚੱਲ ਰਹੀ ਸੀ। ਉਸ ਨੂੰ ਫੀਵਰ ਰਹਿੰਦਾ ਸੀ। ਉਹ ਲੋਬੀ 'ਚ ਹੀ ਦੀਵਾਨ 'ਤੇ ਬੈਠੀ ਸੀ। ਸੁਮਨ ਉਹਨਾਂ ਨੂੰ ਉੱਪਰ ਉਸ ਕੋਲ ਲੈ ਗਈ ਕਿਉਂਕਿ ਕਿਚਨ ਦਾ ਸਾਰਾ ਕੰਮ ਤਾਂ ਉੱਪਰ ਹੀ ਹੁੰਦਾ ਸੀ। ਸਾਰੇ ਗੈਸਟ ਉੱਪਰ ਹੀ ਆਉਂਦੇ ਸਨ। ਸੁਮਨ ਨੂੰ ਸ਼ੱਕ ਤਾਂ ਸੀ ਕਿ ਉਹ ਬਿਨਾਂ ਗੱਲ ਤੋਂ ਨਹੀਂ ਆਏ ਹੋਣਗੇ। ਉਹ ਇੰਨੇ ਸਾਲ ਬਾਅਦ ਸਿਰਫ ਉਸ ਨੂੰ ਮਿਲਣ ਲਈ ਤਾਂ ਨਹੀਂ ਆ ਸਕਦੇ। ਉਹਨਾਂ ਦੀ ਗੱਲਬਾਤ ਤੋਂ ਉਸਦਾ ਇੱਕ ਡਾਊਟ ਕਲੀਅਰ ਵੀ ਹੋ ਗਿਆ, ਪਰ ਉਹ ਬਹੁਤ ਟੈਨਸ਼ਨ 'ਚ ਉੱਥੇ ਉਹਨਾਂ ਦੀਆਂ ਗੱਲਾਂ ਸੁਣਨ ਲਈ ਬੈਠੀ ਰਹੀ ਸੀ। ਸੁਮਨ ਨੇ ਖੈਰ ਚਾਹ ਪਾਣੀ ਤਿਆਰ ਕੀਤਾ ਅਤੇ ਪਹਿਲਾਂ ਇੱਧਰ ਉੱਧਰ ਦੀਆਂ ਗੱਲਾਂ 'ਚ ਹੀ 2 ਘੰਟੇ ਨਿਕਲ ਗਏ। ਸੁਮਨ ਨੇ ਉਹਨਾਂ ਦੇ ਹਰ ਜੀ ਦਾ ਹਾਲ ਚਾਲ ਪੁੱਛਿਆ ਅਤੇ ਵਨੀਤਾ ਵੀ ਗੱਲਾਂ 'ਚ ਲੀਨ ਹੋ ਗਈ ਉਹਨਾਂ ਨਾਲ, ਪਰ ਫਿਰ ਆਖਰ ਉਹ ਮੁੱਦੇ 'ਤੇ ਆ ਹੀ ਗਏ। ਭਾਅ ਜੀ ਗੰਭੀਰਤਾ ਨਾਲ, ਕਿੱਦਾਂ, ਅਨੁਜ ਨਹੀਂ ਮਿਲਿਆ ਕਦੇ? ਸੁਮਨ ਤਲੱਖੀ 'ਚ, ਆਇਆ ਸੀ ਸਕੂਲ ਅੱਜ ਹੀ, ਮੈਂ ਉਹਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦੀ ਹੁੰਦੀ, ਪਰ ਉਹ ਸਕੂਲ ਸਟਾਫ ਮੂਹਰੇ ਵਾਰ ਵਾਰ ਆ ਕੇ ਮੈਨੂੰ ਬੁਲਾਉਂਦਾ ਹੈ। ਸਭ ਨੂੰ ਪਤਾ ਹੈ ਕਿ ਕੇਸ ਚੱਲਦਾ ਹੈ, ਫਿਰ ਜੇ ਮੈਂ ਮਨ੍ਹਾ ਕਰਾਂ ਤਾਂ ਉਹਨਾਂ ਨਾਲ ਹੱਸ ਹੱਸ ਗੱਲਾਂ ਕਰਨ ਲੱਗ ਜਾਂਦਾ ਬਹਿ ਕੇ। ਕੀ ਤਮਾਸ਼ਾ ਲਗਾਇਆ ਇਹਨੇ, ਕਿਉਂ ਨਹੀਂ ਟਿਕਣ ਦਿੰਦਾ ਮੈਨੂੰ ਇਹ? ਭਾਅ ਜੀ ਗੰਭੀਰਤਾ ਨਾਲ, ਦੇਖੋ ਮੈਂ ਤੁਹਾਨੂੰ ਭੈਣ ਸਮਝਿਆ ਸ਼ੁਰੂ ਤੋਂ ਹੀ, ਤੁਹਾਨੂੰ ਪਤਾ ਵੀ ਹੈ, ਪਰ ਤੁਸੀਂ ਦੱਸੋ ਇਹ ਗੱਲ ਕਿੱਦਾਂ ਨੇੜੇ ਕਰਨੀ? ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਇਹਦੇ ਲਈ, ਬਸ ਯਕੀਨ ਕਰ ਥੋੜ੍ਹਾ ਜਿਹਾ ਆਪਣੇ ਭਰਾ 'ਤੇ। ਵਨੀਤਾ ਇਹ ਗੱਲ ਸੁਣਦੇ ਹੀ ਗੁੱਸੇ 'ਚ ਬੋਲਣ ਲੱਗੀ। ਸੁਮਨ ਨੇ ਹਾਰ ਕੇ ਕਿਹਾ, ਇਹ ਗੱਲ ਕਿਸੇ ਤਰ੍ਹਾਂ ਨੇੜੇ ਨਹੀਂ ਹੋਣੀ, ਮੇਰੇ ਨਾਲ ਵਾਰ ਵਾਰ ਉਹੀ ਗੱਲ ਨਾ ਕਰੋ, ਮੈਨੂੰ ਕੰਪੈਲ ਨਾ ਕਰੋ। ਅੱਛਾ, ਸੁਮਨ ਦੁਖੀ ਹੁੰਦਿਆਂ ਅੱਗੇ ਬੋਲੀ, ਮੈਂ ਬਹੁਤ ਮੁਸ਼ਕਲ ਖੜੀ ਕੀਤੀ ਹੈ ਆਪਣੇ ਆਪ ਨੂੰ, ਮੈਂ ਨਹੀਂ ਚੱਲ ਸਕਦੀ ਇਹ ਗੱਲਾਂ ਹੁਣ। ਭਾਅ ਜੀ ਜ਼ੋਰ ਪਾਉਂਦੇ ਹੋਏ, ਮੈਂ ਬਸ ਇੱਕ ਮੌਕਾ ਮੰਗਣ ਆਇਆ ਉਹਦੇ ਲਈ, ਉਹਨੂੰ ਇੱਕ ਮੌਕਾ ਦੇ ਦਿਓ ਬਸ, ਜੇ ਉਸਨੇ ਕੁਝ ਗਲਤ ਕੀਤਾ ਤਾਂ ਮੈਂ ਉਹਨਾਂ ਸਭ ਦਾ ਬਾਈਕਾਟ ਕਰ ਦੇਣਾ ਸਾਰੀ ਉਮਰ ਲਈ। ਵਨੀਤਾ ਵਿੱਚ ਹੀ ਟੋਕਦੇ ਹੋਏ, ਕਿਉਂ ਦਈਏ ਉਸਨੂੰ ਮੌਕਾ, 1000 ਮੌਕੇ ਦਿੱਤੇ ਉਹਨੂੰ, ਸਾਨੂੰ ਪਤਾ ਅਸੀਂ ਕਿੱਦਾਂ ਰਹਿੰਦੇ ਹਾਂ ਇਹਦੇ ਵੱਲ ਦੇਖ ਕੇ, ਜਦ ਅਸੀਂ ਉੱਪਰ ਪਏ ਹੁੰਦਿਆਂ ਉਹ ਇਕੱਲੀ ਥੱਲੇ ਸੌਂਦੀ ਆ ਤਾਂ ਸਾਨੂੰ ਪਤਾ ਅਸੀਂ ਕਿੱਦਾਂ ਜਿਉਂਦੇ ਹਾਂ, ਸਾਨੂੰ ਕਿਹਨੇ ਦੇਖਿਆ ਆ ਕੇ, ਕੁਝ ਨਹੀਂ ਹੋ ਸਕਦਾ, ਉਹ ਰਹੇ ਜਿੱਥੇ ਰਹਿਣਾ। ਸਾਡੀ ਕੁੜੀ ਨੇ ਬਥੇਰੇ ਮੌਕੇ ਦੇ ਕੇ ਦੇਖ ਲਏ ਉਹਨੂੰ, ਕੀ ਨਹੀਂ ਸੁਣਿਆ ਉਹਦੇ ਲਈ। ਭਾਅ ਜੀ ਸਮਝਾਉਂਦੇ ਹੋਏ, ਮੈਂ ਮੰਨਦਾ, ਪਰ ਮੇਰੇ ਕਹਿਣ 'ਤੇ ਬਸ ਇੱਕ ਮੌਕਾ ਦੇ ਦਿਓ ਭੈਣ। ਵਨੀਤਾ ਟੋਕਦੇ ਹੋਏ, ਜਿੱਦਾਂ ਦੀ ਇਹ ਸੀ ਸੋਹਣੀ ਸੁਨੱਖੀ, ਜਿੱਦਾਂ ਦੇ ਮਰਜ਼ੀ ਮੁੰਡੇ ਨਾਲ ਅਸੀਂ ਵਧੀਆ ਤੋਂ ਵਧੀਆ ਨਾਲ ਵਿਆਹ ਕਰ ਦਿੰਦੇ ਇਹਦਾ, ਫਿਰ ਵੀ ਉਹਦੇ ਨਾਲ ਕੀਤਾ ਸੀ ਕਿ ਚੱਲ ਇਹਦਾ ਖਿਆਲ ਰੱਖੂਗਾ, ਨਾ ਅਸੀਂ ਨੌਕਰੀ ਦੇਖੀ ਨਾ ਸੋਹਣਾ ਦੇਖਿਆ, ਉਹਦੇ ਨਾਲ ਵਿਆਹ ਕਰਤਾ ਕਿ ਬਸ ਕੁੜੀ ਦਾ ਧਿਆਨ ਰੱਖਣ ਵਾਲਾ, ਸਮਝਣ ਵਾਲਾ, ਉਸ ਨੂੰ ਸਾਨੂੰ ਕੁਝ ਹੋਰ ਨਹੀਂ ਚਾਹੀਦਾ, ਕੁੜੀ ਦੀਆਂ ਤਾਂ ਇਹਨੇ ਹੱਡੀਆਂ ਕੱਢ ਕੇ ਰੱਖਤੀਆਂ, ਬਚਿਆ ਕੀ ਹੈ ਉਹਦੇ ਵਿੱਚ, ਉਹ ਕਰਾ ਲਵੇ ਵਿਆਹ ਹੋਰ ਜਿੱਥੇ ਕਰਾਉਣਾ, ਇਹਦਾ ਖਿਹੜਾ ਛੱਡੇ ਕਿਤੇ, ਉਹ ਬਦਦਿਮਾਗ ਬੰਦੇ ਦੇ ਲੜ ਲਾ ਬੈਠੇ ਇਹਨੂੰ। ਸਭ ਤੋਂ ਵੱਡੀ ਗਲਤੀ ਹੋਈ ਸਾਡੇ ਤੋਂ ਉਹਦੇ ਨਾਲ ਇਹਦਾ ਵਿਆਹ ਕਰਕੇ, ਪਰ ਹੁਣ ਉਹਨੂੰ ਜੀ ਲੈਣ ਦਿਓ, ਉਹ ਹਾਰਟ ਦੀ ਪੇਸ਼ੈਂਟ ਹੈ, ਉਹਨੂੰ ਸਮਝ ਕਿਉਂ ਨਹੀਂ ਲੱਗਦੀ ਇਸ ਗੱਲ ਦੀ, ਕਿਉਂ ਸਕੂਲ ਜਾ ਕੇ ਬਹਿ ਜਾਂਦਾ ਇਹ। ਭਾਅ ਜੀ ਦੁਖੀ ਮਨ ਨਾਲ, ਉਹ ਬਹੁਤ ਦੁਖੀ ਹੈ ਭੈਣ, ਭੂਆ ਅਨੁਜ ਦੀ ਮੰਮੀ ਦੀ ਗੱਲ ਕਰਦਾ ਹਾਂ, ਉਹ ਵੀ ਬਹੁਤ ਦੁਖੀ ਹੈ, ਉਹ ਕਹਿੰਦੀ ਮੈਨੂੰ ਸੁਮਨ ਕੋਲ ਛੱਡ ਆਓ, ਬਸ ਉਹੀ ਮੈਨੂੰ ਸਾਂਭ ਸਕਦੀ ਹੈ,
ਦੋਹਾਂ ਮਾਂ ਪੁੱਤ ਦੀ ਹਾਲਤ ਬਹੁਤ ਮਾੜੀ ਆ। ਮੋਨੂ ਅਤੇ ਉਹਦੀ ਵੋਟੀ ਦਾ ਤੁਹਾਨੂੰ ਪਤਾ ਹੀ ਆ ਕਿੱਦਾਂ ਦੇ ਆ, ਉਹ ਨਹੀਂ ਕਿਸੇ ਨੂੰ ਪੁੱਛਦੇ। ਦੂਜੀ ਵੋਟੀ ਰਮਨੀਤ ਵੀ ਨਹੀਂ ਪੁੱਛਦੀ। ਸਭ ਕੁਝ ਖਰਾਬ ਹੋਇਆ ਪਿਆ ਉੱਥੇ। ਭੂਆ ਬਹੁਤ ਰੋਂਦੀ ਆ। ਉਹ ਕਹਿੰਦੀ ਮੈਨੂੰ ਸੁਮਨ ਰੱਖ ਲਵੇ ਜਿੱਥੇ ਰੱਖਣਾ। ਮੈਨੂੰ ਉਹ ਸਮਝਦੀ ਸੀ। ਅਨੁਜ ਵੀ ਬਹੁਤ ਰੋਂਦਾ। ਸਾਡੇ ਪਿੰਡ ਮੋਨੂ ਦੀ ਦੁਕਾਨ ਆ ਨਾ ਹੁਣ, ਉੱਥੇ ਇਹ ਬਹਿੰਦਾ, ਕਿਉਂਕਿ ਮੋਨੂ ਨੇ ਘਰ 'ਚ ਹੀ ਕਰਿਆਨੇ ਦੀ ਦੁਕਾਨ ਖੋਲ੍ਹੀ ਸੀ ਜਿਹੜੀ ਉਹ ਉੱਥੇ ਬਹਿੰਦਾ। ਸੁਮਨ ਤਲੱਖੀ 'ਚ ਇਹ ਕੀ ਸਿਸਟਮ ਆ ਇਹਨਾਂ ਦਾ, ਕਰਿਆਨੇ ਦੀ ਦੁਕਾਨ 'ਤੇ ਇਹਨੂੰ ਬਿਠਾਉਂਦੇ ਆ ਅਤੇ ਆਪ ਉਹ ਆਪਣੀ ਦੁਕਾਨ 'ਤੇ ਬਹਿੰਦਾ। ਕਾਰਪੈਂਟਰ ਤਾਂ ਉਹ ਆ, ਫਿਰ ਇਹਨੂੰ ਕਿਉਂ ਬਿਠਾਉਂਦਾ ਉੱਥੇ, ਜਿਹੜਾ ਇਹਨੂੰ ਕੰਮ ਆਉਂਦਾ ਵੀ ਨਹੀਂ। ਇਹ ਵੀ ਤੁਰਿਆ ਉੱਥੇ ਆਰਾਮ ਨਾਲ। ਵੈਸੇ ਕੁਝ ਨਹੀਂ ਹਾਲ ਇਹਨਾਂ ਦਾ, ਪੁੱਠੇ ਹੀ ਚੱਲਦੇ ਅਜੇ ਵੀ। ਹੁਣ ਐਡਾ ਉੱਥੇ ਕੀ ਹੋ ਗਿਆ ਜੋ ਮੇਰੀ ਯਾਦ ਆ ਗਈ। ਰਿੰਪੀ ਤਰਲਾ ਕਰਦੇ ਹੋਏ, ਬਸ ਤੂੰ ਹੀ ਆ ਸਾਡੀ ਭੂਆ ਨੂੰ ਸਾਂਭ ਸਕਦੀ, ਤੈਨੂੰ ਪਤਾ ਵੋਟੀਆਂ ਦੋਨੋਂ ਇੱਦਾਂ ਦੀਆਂ ਹੀ ਆ। ਅਸੀਂ ਤਾਂ ਜਦ ਦੀ ਤੂੰ ਆਈ ਆ ਜਾਂਦੇ ਨਹੀਂ ਬਹੁਤਾ ਉੱਥੇ, ਨਾ ਦਿਲ ਕਰਦਾ ਸਾਡਾ ਜਾਣ ਨੂੰ। ਭੂਆ ਬਹੁਤ ਰੋਂਦੀ ਹੈ ਤੈਨੂੰ ਯਾਦ ਕਰਕੇ। ਸੁਮਨ ਟੋਕਦੇ ਹੋਏ, ਮੈਂ ਹੱਥ 'ਚੋਂ ਕੰਮ ਖੋ ਖੋ ਕੇ ਕਰਦੀ ਹੁੰਦੀ ਸੀ, ਜੇ ਮੰਮੀ ਝਾੜੂ ਵੀ ਚੁੱਕਦੀ ਸੀ ਤਾਂ ਮੈਂ ਫੜ ਲੈਂਦੀ ਸੀ ਆਪ ਉਹ। ਮੈਨੂੰ ਤਾਂ ਕੀ, ਆਪਣੇ ਪੋਤੇ ਅਰਪਿਤ ਨੂੰ ਵੀ ਕਦੇ ਸਕੂਲ ਨਹੀਂ ਸੀ ਮਿਲਣ ਆਈ, ਫਿਰ ਲੋਕਾਂ ਕੋਲ ਰੋ ਰੋ ਕੇ ਕਿਉਂ ਦੱਸਦੀ ਹੈ। ਹੈਰਾਨੀ ਦੀ ਗੱਲ ਹੈ ਕਿ ਨਾ ਉਹ ਕਦੇ ਆਈ ਮੁੰਡੇ ਨੂੰ ਮਿਲਣ, ਅਤੇ ਨਾ ਕਰਦਾ ਕੋਈ ਹੋਰ ਜੀ। ਫਿਰ ਕਹਿੰਦੇ ਆ ਪਿਆਰ ਬਹੁਤ ਕਰਦੇ ਹਾਂ ਭਾਅ ਜੀ, ਸੋਚਦੇ ਹੋਏ। ਨਹੀਂ, ਭੂਆ ਤਾਂ ਕਹਿੰਦੀ ਹੁੰਦੀ ਸੀ ਕਿ ਮੈਂ ਮਿਲਣਾ ਮੁੰਡੇ ਨੂੰ, ਪਰ ਅਨੁਜ ਹੀ ਉਸ ਨੂੰ ਲੈ ਕੇ ਨਹੀਂ ਆਇਆ। ਵਨੀਤਾ ਵਿੱਚ ਹੀ ਤਲੱਖੀ 'ਚ ਟੋਕਦੇ ਹੋਏ, ਉਹ ਕਿਉਂ ਨਹੀਂ ਸੀ ਆਉਂਦਾ ਆਉਣ ਦਿੰਦਾ, ਉੱਦਾਂ ਉਸ ਨੂੰ ਸਿੱਧਾ ਕਹਿੰਦੇ ਸਭ। ਇਹ ਪਤਾ ਉਹਨੂੰ ਕਿ ਮੇਰੀ ਮਾਂ ਦੀ ਹੇਠੀ ਨਾ ਹੋ ਜਾਵੇ, ਇੰਨੀ ਅਕਲ ਹੈਗੀ ਹੈ ਉਹਨੂੰ, ਉੱਦਾਂ ਕਿਸੇ ਗੱਲ ਦਾ ਉਸ ਨੂੰ ਪਤਾ ਨਹੀਂ। ਇਹ ਸਭ ਕਹਿਣ ਦੀਆਂ ਗੱਲਾਂ ਕਿ ਉਸ ਨੂੰ ਰੋਕਦੇ ਸੀ ਤਾਂ ਨਹੀਂ ਆਈ, ਆਪ ਆ ਸਕਦੀ ਸੀ, ਬਥੇਰੀਆਂ ਬੱਸਾਂ ਆਉਂਦੀਆਂ ਸ਼ਹਿਰ ਨੂੰ ਜੇ ਮਿਲਣਾ ਹੋਵੇ। ਰਿੰਪੀ ਰੋਂਦਿਆਂ, ਪਰ ਹੁਣ ਉਹਦਾ ਕੋਈ ਹਾਲ ਨਹੀਂ ਹੈਗਾ, ਉਹਨੇ ਮਰ ਜਾਣਾ ਛੇਤੀ, ਉੱਥੇ ਕੋਈ ਨਹੀਂ ਪੁੱਛਦਾ ਉਸ ਨੂੰ। ਬਸ ਇਹੀ ਕਹੀ ਜਾਂਦੀ ਹੈ ਮੈਨੂੰ ਸੁਮਨ ਲਿਆ ਦਿਉ, ਮੈਂ ਉਹਦੇ ਨਾਲ ਹੀ ਰਹਿਣਾ, ਉਹ ਹੀ ਹੈ ਮੇਰੀ, ਜਾਂ ਮੈਨੂੰ ਉਹਦੇ ਕੋਲ ਲੈ ਚੱਲੋ। ਉਹ ਦੋਵੇਂ ਤਾਂ ਪੁੱਛਦੀਆਂ ਨਹੀਂ ਭੂਆ ਨੂੰ, ਹੁਣ ਤੇਰੇ ਹੱਥ 'ਚ ਹੀ ਹੈ ਸਭ ਕੁਝ, ਸਾਨੂੰ ਹੋਰ ਕਿਸੇ 'ਤੇ ਯਕੀਨ ਵੀ ਨਹੀਂ ਹੈਗਾ, ਨਾ ਅਸੀਂ ਹੋਰ ਕਿਸੇ ਕੋਲ ਛੱਡਣੀ ਆ ਭੂਆ, ਤੇਰੇ ਮੋਹਰੇ ਹੱਥ ਜੋੜਦੇ ਹਾਂ, ਤੂੰ ਰੱਖ ਲੈ ਉਹਨੂੰ, ਮੇਰੀ ਭੈਣ ਬਣ, ਨਹੀਂ ਤਾਂ ਫਿਰ ਸਾਨੂੰ ਤਾਂ ਲਿਆਉਣੀ ਪੈਣੀ ਆ ਆਪਣੇ ਕੋਲ। ਭਾਅ ਜੀ ਤਰਲਾ ਕਰਦੇ ਹੋਏ, ਮੋਨੂ ਅਤੇ ਦੋਵੇਂ ਵੋਟੀਆਂ ਭੂਆ ਨੂੰ ਪੁੱਛਦੀਆਂ ਨਹੀਂ, ਬਸ ਭੂਆ ਨੂੰ ਤੇਰੇ ਨਾਲ ਬਿਤਾਇਆ ਟਾਈਮ ਯਾਦ ਕਰ, ਉਹ ਗੱਲਾਂ ਵੱਡ ਵੱਡ ਖਾਂਦੀਆਂ ਹੁਣ ਕਿ ਤੂੰ ਸਭ ਦਾ ਬਹੁਤ ਕਰਦੀ ਸੀ। ਮੈਂ ਨਹੀਂ ਕਹਿੰਦਾ ਕਿ ਪਿੰਡ ਨੂੰ ਚੱਲੋ, ਸ਼ਹਿਰ ਹੀ ਰਹੋ ਰਹਿ ਲਓ, ਪਰ ਉਹਨਾਂ ਦੋਹਾਂ ਨੂੰ ਨਾਲ ਰੱਖ ਲਓ, ਉਹਨਾਂ ਦਾ ਹਾਲ ਬਹੁਤ ਮਾੜਾ ਹੈ। ਅਨੁਜ ਦੀਆਂ ਗਲਤ ਫਹਿਮੀਆਂ ਮਾਫ਼ ਕਰ ਦੇ ਮੇਰੀ ਭੈਣ, ਮੈਨੂੰ ਪਤਾ ਉਹਨੇ ਬਹੁਤ ਗਲਤੀਆਂ ਕੀਤੀਆਂ, ਬਸ ਇੱਕ ਮੌਕਾ ਦੇ ਦੇ ਉਸ ਨੂੰ, ਸ਼ਰਾਬ ਵੀ ਲਿਮਟ 'ਚ ਪੀਊਗਾ, ਬਸ ਤੂੰ ਇੱਕ ਮੌਕਾ ਦੇ ਕੇ ਦੇਖ। ਸੁਮਨ ਦੁਖੀ ਮਨ ਨਾਲ, ਮੈਂ ਉਹਦੀਆਂ ਗਲਤੀਆਂ ਕਦੋਂ ਦੀਆਂ ਮਾਫ਼ ਕਰਤੀਆਂ, ਗੱਲ ਸਿਰਫ ਇਹ ਹੈ ਕਿ ਮੈਂ ਉਹਦੀਆਂ ਗਲਤੀਆਂ ਭੁੱਲ ਸਕਦੀ ਹਾਂ, ਪਰ ਜੋ ਦੁੱਖ ਉਹਨੇ ਮੈਨੂੰ ਦਿੱਤੇ ਆ ਉਹ ਮੇਰੇ ਅੰਦਰੋਂ ਨਹੀਂ ਜਾਂਦੇ। ਗਲਤੀਆਂ ਤਾਂ ਮੈਂ ਉਸਦੀਆਂ ਕਦੋਂ ਦੀਆਂ ਮਾਫ਼ ਕਰਤੀਆਂ ਸੀ, ਮੈਨੂੰ ਉਹਦੇ ਨਾਲ ਕੋਈ ਗੁੱਸਾ ਜਾਂ ਨਫ਼ਰਤ ਨਹੀਂ ਹੈ, ਬਸ ਮੇਰੇ ਜਦ ਮੋਹਰੇ ਆ ਜਾਂਦਾ ਤਾਂ ਮੇਰਾ ਦਿਮਾਗ ਖਰਾਬ ਹੋ ਜਾਂਦਾ,
ਕਿਉਂਕਿ ਮੈਨੂੰ ਅਗਲਾ ਪਿਛਲਾ ਸਭ ਯਾਦ ਆ ਜਾਂਦਾ, ਫਿਰ ਮੈਂ ਫਸਟ ਏਟ ਹੋ ਜਾਂਦੀ ਹਾਂ। ਮੈਂ ਨਹੀਂ ਚਾਹੁੰਦੀ ਮੇਰੇ ਮੂਹਰੇ ਵੀ ਆਵੇ, ਅਤੇ ਮੈਂ ਕੋਈ ਮੌਕਾ ਨਹੀਂ ਦੇ ਸਕਦੀ ਉਸ ਨੂੰ, ਕਿਉਂਕਿ ਗੱਲ ਹੁਣ ਇਹ ਆ ਕਿ ਮੈਂ ਨਹੀਂ ਰਹਿ ਸਕਦੀ ਉਹਦੇ ਨਾਲ। ਤੁਹਾਡੇ ਕਹਿਣ ਤੋਂ ਪਹਿਲਾਂ ਹੀ ਕਈ ਵਾਰ ਜਦ ਸੋਚਿਆ ਕਿ ਜੇ ਹਾਲਾਤ ਇੱਦਾਂ ਦੇ ਬਣ ਜਾਣ ਕਿ ਮੈਨੂੰ ਉਹਦੇ ਨਾਲ ਰਹਿਣਾ ਪਵੇ ਤਾਂ ਮੈਂ ਕੀ ਕਰਾਂਗੀ, ਤਾਂ ਮੈਨੂੰ ਸੋਚ ਕੇ ਹੀ ਡਰ ਲੱਗਦਾ ਹੈ, ਕਿਉਂਕਿ ਬਹੁਤ ਗੈਪ ਵੀ ਪੈ ਗਿਆ ਹੈ ਅਤੇ ਮੈਨੂੰ ਸੋਚ ਕੇ ਹੀ ਇਰੀਟੇਸ਼ਨ ਹੁੰਦੀ ਹੈ ਜੇ ਮੈਨੂੰ ਇਹਦੇ ਨਾਲ ਰਹਿਣਾ ਪਵੇ। ਮੈਂ ਹੁਣ ਅਰਪਿਤ ਨੂੰ ਵੀ ਡਬਲ ਮਾਈਂਡਡ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਜੇ ਇਹਦੇ ਨਾਲ ਰਹਿਣ ਦਾ ਹੁਣ ਰਿਸਕ ਲਿਆ ਮੈਂ, ਉਹ ਵੀ ਕਿਸੇ ਫੈਸਲੇ 'ਤੇ ਨਹੀਂ ਪਹੁੰਚ ਸਕੇਗਾ। ਮੈਂ ਬਹੁਤ ਮੁਸ਼ਕਲ ਖੜ੍ਹੀ ਹੋਈ ਹਾਂ ਇਹਦੇ ਨਾਲ ਰਹਿਣ ਬਾਰੇ। ਜੇ ਸੋਚਾਂ ਤਾਂ ਇੰਨੀ ਟੈਨਸ਼ਨ ਹੋ ਜਾਂਦੀ ਹੈ ਦਿਮਾਗ 'ਤੇ, ਇੱਦਾਂ ਲੱਗਦਾ ਕਿ ਇਹ ਮੇਰੇ ਲਈ ਸਿਰਫ ਪਰੇਸ਼ਾਨੀਆਂ ਵਧਾਉਣ ਦਾ ਇੱਕ ਜ਼ਰੀਆ ਹੋਵੇਗਾ। ਭਾਜੀ ਜ਼ੋਰ ਪਾਉਂਦੇ ਹੋਏ, ਨਹੀਂ ਨਹੀਂ ਇੱਦਾਂ ਦਾ ਕੁਝ ਨਹੀਂ ਹੋਣ ਦਿੰਦਾ ਮੈਂ, ਕੋਈ ਪਰੇਸ਼ਾਨੀ ਨਹੀਂ ਹੋਣ ਦਿੰਦਾ ਮੈਂ, ਪਹਿਲਾਂ ਹੀ ਕਿਹਾ ਮੈਨੂੰ ਉਹਨਾਂ ਨੂੰ ਜੇ ਕੋਈ ਗਲਤੀ ਹੋਈ ਤਾਂ ਮੈਂ ਸਾਰੇ ਘਰਦਿਆਂ ਨਾਲ ਬਾਈਕਾਟ ਕਰ ਲੈਣੀ ਹੈ, ਸਾਰੀ ਉਮਰ ਨਹੀਂ ਮਿਲਣਾ ਮੈਂ ਇਹਨੂੰ। ਭੂਆ ਨੂੰ ਵੀ ਕਹਿਤਾ ਸੀ ਮੈਂ ਇਹ ਗੱਲ, ਬਸ ਇੱਕ ਮੌਕਾ ਦੇ ਦੇ ਉਹਨਾਂ ਨੂੰ। ਸੁਮਨ ਜ਼ੋਰ ਪਾਉਂਦੇ ਹੋਏ, ਮੌਕਾ ਉਸ ਨੂੰ ਇੱਕ ਨਹੀਂ ਨਾ ਦਿੱਤਾ, ਮੌਕੇ ਤਾਂ ਬਹੁਤ ਦਿੱਤੇ ਆ ਉਹਨੂੰ, ਤੁਸੀਂ ਤਾਂ ਹੁਣ ਆਏ ਆ ਇੰਨੇ ਸਾਲ ਬਾਅਦ, ਪਰ ਤੁਹਾਡੇ ਵਾਂਗ ਪਹਿਲਾਂ ਚਾਚਾ ਵੀ ਛੱਡ ਕੇ ਗਿਆ ਸੀ ਇਹਨੂੰ ਮੇਰੇ ਕੋਲ, ਇਹਨੂੰ ਸਮਝਾ ਕੇ ਗਿਆ ਸੀ ਕਿ ਮੇਰੇ ਕੋਲ ਰਹੇ, ਪਰ ਨਹੀਂ ਇਹ ਫਿਰ ਭੱਜ ਗਿਆ ਸੀ ਉਸੇ ਦਿਨ। ਮੈਨੂੰ ਬਾਕੀਆਂ ਵਾਂਗ ਨਹੀਂ ਕਹਿਣਾ ਆਉਂਦਾ ਕਿ ਨਹੀਂ ਜੀ ਇਹ ਨਹੀਂ ਉਹ ਨਹੀਂ ਹੋ ਸਕਦਾ, ਇੱਦਾਂ ਉੱਦਾਂ ਮੈਨੂੰ ਕੁਝ ਨਹੀਂ ਆਉਂਦਾ, ਮੈਂ ਜੋ ਸੋਚਿਆ ਅਤੇ ਜੋ ਸੋਚਦੀ ਹਾਂ ਉਹੀ ਕਹਿਣ ਲੱਗੀ ਹਾਂ ਤੁਹਾਨੂੰ। ਉਹ ਇਹ ਕਿ ਮੈਂ ਨਹੀਂ ਕਹਿੰਦੀ ਕਿ ਜੇ ਇਹ ਅਨੁਜ ਰੋਂਦਾ ਜਾ ਕੇ ਤੁਹਾਡੇ ਕੋਲ ਤਾਂ ਨਕਲੀ ਰੋਂਦਾ ਹੋਊਗਾ, ਰੋਂਦਾ ਹੋਊਗਾ ਦਿਲੋਂ, ਪਰ ਗੱਲ ਹੁਣ ਇਹ ਆ ਕਿ ਮੈਂ ਬਹੁਤ ਮੁਸ਼ਕਲ ਸਟਰੋਂਗ ਹੋਈ ਹਾਂ, ਉੱਪਰ ਤੋਂ ਮੈਂ ਕਈ ਕੰਮ ਵੀ ਨਜਿੱਠਣੇ ਆ, ਜ਼ਿੰਮੇਵਾਰੀਆਂ ਵੀ ਬਹੁਤ ਆ ਮੇਰੇ 'ਤੇ, ਘਰ ਵੀ ਲੈਣਾ ਅਜੇ, ਮੁੰਡੇ ਨੂੰ ਵੀ ਸੈੱਟ ਕਰਨਾ, ਮੇਰੀ ਲਾਈਫ ਬਹੁਤ ਫਾਸਟ ਹੈ ਅਤੇ ਇਹਨੇ ਮੈਨੂੰ ਵੀਕ ਕਰਨਾ, ਜੇ ਮੈਂ ਇਹਦੇ ਨਾਲ ਰਹੀ ਤਾਂ ਮੈਂ ਹੁਣ ਵੀਕ ਨਹੀਂ ਹੋਣਾ ਚਾਹੁੰਦੀ, ਇਹਨੇ ਮੇਰਾ ਕੰਮ ਕਰਨ ਦਾ ਪ੍ਰੋਸੈਸ ਸਲੋ ਕਰ ਦੇਣਾ, ਅਤੇ ਸਭ ਤੋਂ ਵੱਡੀ ਗੱਲ ਮੈਂ ਇਹਦੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ, ਤਰਸ ਮੈਨੂੰ ਵੀ ਬਹੁਤ ਆਉਂਦਾ ਇਸ 'ਤੇ ਹੁਣ ਤੱਕ ਵੀ ਮੈਂ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਇਹਦੇ ਨਾਲ ਰਹਿ ਸਕਦੀ ਹਾਂ, ਮੈਨੂੰ ਕੰਪੈਲ ਨਾ ਕਰੋ ਇਸ ਕੰਮ ਲਈ। ਰਿੰਪੀ ਰੋਂਦੇ ਹੋਏ, ਤੇਰੇ ਹੱਥ 'ਚ ਹੀ ਹੈ ਸਭ ਕੁਝ, ਜੇ ਮੈਂ ਭੂਆ ਨੂੰ ਹੁਣ ਫੋਨ ਕਰਾਂ ਉਹਨੇ ਹੁਣੇ ਹੀ ਆ ਜਾਣਾ ਤੇਰੇ ਕੋਲ, ਉਹ ਇੰਨੀ ਦੁਖੀ ਹੈ ਉਹਨਾਂ ਤੋਂ, ਜਦ ਆਉਂਦੀ ਸਾਡੇ ਘਰ ਬਸ ਤੇਰੀਆਂ ਹੀ ਗੱਲਾਂ ਕਰੀ ਜਾਂਦੀ, ਜੇ ਆਪਣਾ ਹਿੱਸਾ ਲੈਣਾ ਹਿੱਸਾ ਲੈ ਲਾ। ਸੁਮਨ ਟੈਨਸ਼ਨ 'ਚ, ਹਿੱਸਾ ਲੈ ਕੇ ਮੈਂ ਕੀ ਕਰਨਾ, ਹਿੱਸਾ ਮੈਂ ਪਹਿਲਾਂ ਨਾ ਲਿਆ, ਮੈਂ ਤਾਂ ਸਭ ਕੁਝ ਆਪਣਾ ਆਪ ਹੀ ਬਣਾਇਆ, ਮੈਨੂੰ ਨਾ ਹਿੱਸਾ ਪਹਿਲਾਂ ਚਾਹੀਦਾ ਸੀ ਅਤੇ ਨਾ ਹੀ ਹੁਣ। ਭਾਜੀ ਜ਼ੋਰ ਪਾਉਂਦੇ ਹੋਏ, ਉਹ ਤਾਂ ਹੁਣ ਇੱਥੋਂ ਤੱਕ ਆਇਆ ਕਿ ਸੁਮਨ ਮੈਥੋਂ ਜਿੱਥੇ ਰੱਖਣਾ ਜਿੱਦਾਂ ਰੱਖਣਾ ਰੱਖ ਲਵੇ, ਜੇ ਉਹ ਕਹੂਗੀ ਕਿ ਮੈਂ ਆਪਣਾ ਭਰਾ ਨੂੰ ਨਾ ਬੁਲਾਵਾਂ ਤਾਂ ਮੈਂ ਉਹ ਵੀ ਛੱਡ ਦਊਂਗਾ। ਜਿੱਥੋਂ ਤੱਕ ਦੀਪੂ ਅਤੇ ਪਾਲੀ ਦੀ ਗੱਲ ਹੈ, ਹੁਣ ਉਹ ਉਹਨਾਂ ਨਾਲ ਜਮ੍ਹਾਂ ਹੀ ਕੱਟ ਆਫ ਆ। ਸੁਮਨ ਟੈਨਸ਼ਨ 'ਚ, ਮੈਂ ਕੀ ਲੈਣਾ ਇਸ ਗੱਲ ਤੋਂ, ਹੁਣ ਬੁਲਾਵੇ ਭਾਵੇਂ ਨਾ ਬੁਲਾਵੇ ਕਿਸੇ ਨੂੰ, ਮੈਂ ਕਦ ਇਹਨੂੰ ਇਹਦੇ ਭਰਾਵਾਂ ਕੋਲੋਂ ਛੁਡਾਇਆ ਸੀ, ਨਾਲੇ ਮੈਂ ਕਿਉਂ ਕਹੂੰਗੀ ਕਿ ਆਪਣੇ ਭਰਾ ਨੂੰ ਨਾ ਬੁਲਾ। ਵਨੀਤਾ ਟੋਕਦੇ ਹੋਏ,
ਇਹੀ ਤਾਂ ਗੱਲ ਕਿਸੇ ਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਕਿਸੇ ਨੂੰ ਕਿਸੇ ਕੋਲੋਂ ਨਹੀਂ ਛਡਵਾਇਆ, ਨਾ ਕੋਈ ਇੱਦਾਂ ਦਾ ਹੈਗਾ ਸਾਡੇ ਘਰ 'ਚ, ਅਸੀਂ ਵੀ ਜੁਆਇੰਟ ਫੈਮਿਲੀ ਵਾਲੇ ਹਾਂ। ਨਾਲੇ ਉਹ ਰੋ ਰੋ ਕੇ ਕਿਉਂ ਦੱਸਦਾ, ਪਹਿਲਾਂ ਤਾਂ ਬੜਾ ਇੱਥੇ ਬੋਲ ਬੋਲ ਕੇ ਜਾਂਦਾ ਸੀ, ਮੇਰਾ ਕਾਂਟਾ ਹੈ ਨਵਾਂ ਸ਼ਹਿਰ ਨੂੰ, ਮੇਰੀ ਜੁੱਤੀ ਵੀ ਨਹੀਂ ਵੜਦੀ ਇੱਥੇ, ਹੁਣ ਕੀ ਹੋ ਗਿਆ? ਤੁਹਾਨੂੰ ਇਹਦਾ ਰੋਣਾ ਦੇਦਾ, ਕਿਸੇ ਨੇ ਇਹਦਾ ਰੋਣਾ ਦੇਖਿਆ ਆ ਕੇ? ਇੱਦਾਂ ਦੀਆਂ ਗੱਲਾਂ ਕਾਫੀ ਦੇਰ ਚੱਲਦੀਆਂ ਰਹੀਆਂ, ਪਰ ਜਦ ਵੀ ਉਹ ਸੁਮਨ ਨੂੰ ਅਨੁਜ ਬਾਰੇ ਇਹ ਕਹਿੰਦੇ ਸੀ ਕਿ ਉਹ ਰੋਂਦਾ, ਸੁਮਨ ਦਾ ਮਨ ਝੰਜੋੜ ਤਾਂ ਜ਼ਰੂਰ ਹੁੰਦਾ, ਉਸ ਨੂੰ ਤਰਸ ਵੀ ਆਉਂਦਾ, ਪਰ ਉਹ ਆਪਣੇ ਇਰਾਦੇ 'ਤੇ ਅੜੀ ਰਹੀ। ਫਿਰ ਵੀ ਉੱਠਣ ਦਾ ਸਮਾਂ ਨਹੀਂ ਸੀ, ਲੈ ਰਹੇ ਅਤੇ ਮਿੰਨਤਾਂ ਕਰਨ ਲੱਗੇ ਤਾਂ ਸੁਮਨ ਨੇ ਖਹਿੜਾ ਛੁਡਾਉਣ ਲਈ ਹਾਰ ਕੇ ਕਿਹਾ ਕਿ ਉਹ ਇਸ ਬਾਰੇ ਡੈਡੀ ਨਾਲ ਅਤੇ ਬਾਕੀ ਘਰਦਿਆਂ ਨਾਲ ਸਲਾਹ ਕਰਕੇ ਦੱਸੇਗੀ। ਉਹ ਚਲੇ ਤਾਂ ਗਏ, ਪਰ ਸੁਮਨ ਲਈ ਬਹੁਤ ਔਖਾ ਹੋ ਗਿਆ ਉਹ ਦਿਨ ਕੱਟਣ। ਉਸਨੇ ਜੋ ਕੰਮ ਕਰਨੇ ਸਨ ਉਹ ਸਭ ਜਾਂਦੇ ਲੱਗੇ ਉਸ ਦਿਨ। ਉਸਦਾ ਮੂਡ ਵੀ ਅੰਦਰੋਂ ਔਫ ਹੋ ਰਿਹਾ ਸੀ, ਪਰ ਉਸਨੇ ਕੁਝ ਸ਼ੋਅ ਨਹੀਂ ਕੀਤਾ। ਸੁਮਨ ਨਾ ਚਾਹੁੰਦੇ ਹੋਏ ਵੀ ਇਹਨਾਂ ਗੱਲਾਂ ਨਾਲ ਪਰੇਸ਼ਾਨ ਹੋ ਜਾਂਦੀ ਸੀ। ਇੱਕ ਪਲ ਲਈ ਉਸਨੂੰ ਇਹ ਲੱਗਣ ਲੱਗਿਆ ਜਿਵੇਂ ਅਨੁਜ ਦੀ ਇਸ ਹਾਲਤ ਦੀ ਜ਼ਿੰਮੇਵਾਰ ਉਹ ਹੋਵੇ, ਦੂਜੇ ਦੇ ਦੁੱਖ ਮੂਹਰੇ ਆਪਣੇ ਸਹੇ ਹੋਏ ਦੁੱਖ ਉਹ ਭੁੱਲ ਹੀ ਜਾਂਦੀ। ਉਹਨਾਂ ਦੇ ਜਾਣ ਤੋਂ ਬਾਅਦ ਵਨੀਤਾ ਨੇ ਆਪਣਾ ਗੁੱਸਾ ਕੁਝ ਇੰਜ ਬੋਲ ਕੇ ਕੱਢਿਆ, ਚੱਲ ਮੈਂ ਮੰਨਦੀ ਹਾਂ ਕਿ ਇਹ ਤੇਰੇ ਵੈਲ ਵਿਸ਼ਜ਼ ਰਹੇ ਹੈ, ਪਰ ਹੁਣ ਇਹ ਉਹਨਾਂ ਦਾ ਰੋਣਾ ਲੈ ਕੇ ਆ ਗਏ, ਤੇਰਾ ਰੋਣਾ ਕਿਉਂ ਨਹੀਂ ਦਿਸਿਆ ਇਹਨਾਂ ਨੂੰ ਜਦ ਦਾ? ਇਹ ਵੀ ਨਾਲੇ ਆਪਣੇ ਲਈ ਆਏ ਆ, ਇਹਨਾਂ ਤੋਂ ਹੁਣ ਆਪਣੀ ਭੂਆ ਦੇਖਣੀ ਹੁੰਦੀ, ਜੇ ਤੂੰ ਨਾ ਰੱਖੀ ਤਾਂ ਇਹਨਾਂ ਨੂੰ ਸਾਂਭਣੀ ਪੈਣੀ, ਗੱਲ ਪਈ ਮੁਸੀਬਤ। ਹੁਣ ਚੇਤੇ ਆ ਗਈ ਸੁਮਨ ਇਹਨਾਂ ਨੂੰ, ਰਹੇ ਹੁਣ ਉਹਨਾਂ ਕੋਲ ਜਿਨ੍ਹਾਂ ਦੇ ਸਿਰ 'ਤੇ ਛਾਲਾਂ ਮਾਰਦੀ ਸੀ। ਇਹ ਤਾਂ ਇੱਕ ਦਿਨ ਹੋਣਾ ਹੀ ਸੀ, ਅਗਲੀਆਂ ਦੋਨੋਂ ਭੈਣਾਂ ਰਲ ਗਈਆਂ। ਮੋਨੂੰ ਪਹਿਲਾਂ ਹੀ ਨਹੀਂ ਬੁੜੀ ਨੂੰ ਕੁਸਕਣ ਦਿੰਦਾ ਸੀ, ਆਪਣੀ ਵੋਟੀ ਦੇ ਖਿਲਾਫ ਦੂਜੀ ਦਾ ਵੀ ਵਸਾਹ ਨਹੀਂ ਖਾਂਦਾ, ਅਗਲੇ ਦੀ ਸਾਲੀ ਆ। ਆਖਰ ਹੁਣ ਦੁਕਾਨ ਜਿਹੜੀ ਘਰ 'ਚ ਪਾਈ ਉਹ ਵੀ ਮੋਨੂ ਨੇ ਸਾਂਭ ਲਈ। ਅਨੁਜ ਦੇ ਪੱਲੇ ਅਜੇ ਵੀ ਨਹੀਂ ਕੁਝ, ਨਾ ਉਹਨੂੰ ਅਕਲ ਆਉਣੀ ਆ। ਬੁੜੀ ਨੂੰ ਜੇ ਅਕਲ ਹੋਵੇ ਤਾਂ ਡੈਡੀ ਦੀ ਪੈਨਸ਼ਨ ਜਿਹੜੀ ਮਿਲਦੀ ਆ ਉਹ ਦੋਵੇਂ ਅਨੁਜ ਨੂੰ, ਮੋਨੂ ਦੁਕਾਨ ਤੋਂ ਵੀ ਪੈਸੇ ਵੱਢੀ ਜਾਂਦਾ, ਪੈਨਸ਼ਨ ਵੀ ਉਹ ਹੀ ਕਢਵਾਉਂਦਾ, ਅਤੇ ਆਪਣੀ ਦੁਕਾਨ ਕਾਰਪੈਂਟਰ ਦੀ 'ਚ ਜੋ ਕਮਾਈ ਹੁੰਦੀ ਉਹ ਵੀ ਫੜੀ ਜਾਂਦਾ, ਸੁਮਨ ਸੋਚਦੇ ਹੋਏ ਤਲੱਖੀ 'ਚ। ਹੋਰ ਉਹ ਤਾਂ LIC ਦੀਆਂ ਵੀ ਕਰਦਾ ਕਿਸ਼ਤਾਂ, ਡੈਡੀ ਵੀ ਆਪਣਾ ATM ਉਹਨੂੰ ਹੀ ਫੜਾਈ ਰੱਖਦੇ ਸੀ। ਉਹ ਸਾਰਾ ਸਮਾਨ ਜਿਵੇਂ ਲੈਪਟਾਪ ਜਾਂ ਵਾਸ਼ਿੰਗ ਮਸ਼ੀਨ ਲੈ ਕੇ ਆਇਆ ਸੀ ਤਾਂ ਸ਼ੋਅ ਇਹ ਕਰਦਾ ਸੀ ਕਿ ਆਪਣੇ ਪੈਸਿਆਂ ਦਾ ਲਿਆ, ਪਰ ਸਾਨੂੰ ਕੀ ਪਤਾ ਡੈਡੀ ਦੇ ਪੈਸਿਆਂ 'ਚੋਂ ਹੀ ਲਿਆਂਦਾ ਹੋਵੇ। ਹੁਣ ਵੀ ਪੈਨਸ਼ਨ ਲੈਣ ਵੀ ਉਹ ਜਾਂਦਾ, ਇਹਨੂੰ ਪਲਾਈ ਪਲੂਈ ਫੜਾ ਕੇ ਆਪਣੀ ਦੁਕਾਨ 'ਤੇ ਫ੍ਰੀ 'ਚ ਬਿਠਾਉਂਦਾ, ਨਾ ਉੱਥੇ ਇਹਦਾ ਕੋਈ ਕੰਮ ਨਾ ਕਾਰ। ਜੇ ਕੋਈ ਗ੍ਰਾਹਕ ਆਉਂਦਾ ਹੋਣਾ, ਉੱਥੇ ਮੁੰਡੇ ਰੱਖੇ ਹੋਏ ਆ ਕੰਮ ਕਰਨ ਨੂੰ, ਉਹ ਕਰੀ ਜਾਂਦੇ ਆ, ਇਹਨੂੰ ਰਾਖੀ 'ਤੇ ਬਿਠਾਇਆ ਉੱਥੇ, ਮੂਰਖਾਂ ਵਾਂਗ ਇਹ ਵੀ ਜਾਈ ਜਾਂਦਾ ਉੱਥੇ। ਜੇ ਬੁੜੀ ਚਾਹੁੰਦੀ ਹੋਵੇ ਮੋਨੂ ਨੂੰ ਸਿੱਧਾ ਕਰੇ ਕਿ ਅਨੁਜ ਨੂੰ ਦੁਕਾਨ 'ਤੇ ਬਿਠਾਉਣਾ ਘਰ, ਅਤੇ ਮੋਨੂ ਆਪਣੀ ਦੁਕਾਨ 'ਤੇ ਬੈਠੇ, ਵਨੀਤਾ ਟੋਕਦੇ, ਹੁਣ ਫਿਰ ਇਹਨਾਂ ਦੇ ਰਿਸ਼ਤੇਦਾਰ ਸਾਡੇ ਕੋਲ ਆ ਕੇ ਕਿਉਂ ਰੋਂਦੇ ਆ ਕਿ ਮੋਨੂ ਸਭ ਕੁਝ ਹੜੱਪੀ ਜਾਂਦਾ? ਇਹਨਾਂ ਨੇ ਪਹਿਲਾਂ ਹੀ ਸਭ ਕੁਝ ਉਹਦੇ ਹੱਥ 'ਚ ਦਿੱਤਾ, ਤੂੰ ਕਿੱਦਾਂ ਜਾ ਕੇ ਰੋਕ ਲਊਂਗੀ ਸਭ ਕੁਝ? ਨਾਲੇ ਤੈਨੂੰ ਕੀ ਕਹਿੰਦੇ ਆ, ਇਹ ਸਭ ਆਪੇ ਕਰਨ ਜੋ ਕਰਨਾ, ਅਸੀਂ ਨਹੀਂ ਹਿੱਸੇ ਹੁੱਸੇ ਲੈਣੇ। ਹੁਣ ਜਾਣ ਕੇ ਲਾਲਚ ਦਿੰਦੇ ਹਿੱਸਿਆਂ ਦਾ,
ਹੁਣ ਚੱਲਦਾ ਨਹੀਂ ਕੋਈ ਉਹਨਾਂ ਨੂੰ। ਸੁਮਨ ਨੇ ਕਾਫੀ ਦੇਰ ਇਸ ਬਾਰੇ ਕੀਤੀ ਵਨੀਤਾ ਨਾਲ ਗੱਲ, ਫਿਰ ਰਾਤ ਨੂੰ ਉਸ ਦੀ ਲਤਾ ਨਾਲ ਇਸ ਬਾਰੇ ਗੱਲ ਹੋਈ ਤਾਂ ਉਸ ਨੂੰ ਵੀ ਸੁਣ ਕੇ ਗੁੱਸਾ ਆ ਗਿਆ ਅਤੇ ਉਹ ਵੀ ਤਲੱਖੀ 'ਚ ਬੋਲ ਪਈ। ਇਹ 5 ਸਾਲ ਤੋਂ ਸਭ ਸੁੱਤੇ ਪਏ ਸੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਸਭ ਹੋਣਾ, ਇਹਨਾਂ ਦੀਆਂ ਕੀਤੀਆਂ ਮੋਹਰੇ ਆਉਣਗੀਆਂ। ਮੈਂ ਇੰਨੀ ਛੇਤੀ ਨਹੀਂ ਸੋਚਿਆ ਸੀ, ਨਾਲੇ ਐਵੇਂ ਨਾ ਸੋਚਣ ਲੱਗ ਜਾਈ ਸੀਰੀਅਸ ਹੋ ਕੇ। ਇਹ ਸਭ ਬੁੱਢੀ ਦਾ ਨਾਟਕ ਵੀ ਹੋ ਸਕਦਾ, ਕੁਝ ਨਹੀਂ ਕਹਿ ਸਕਦੇ ਆਪਾਂ। ਜੇ ਤੈਨੂੰ ਕਹਿੰਦੇ ਆ ਕਿ ਬੁੱਢੀ ਨੂੰ ਰੱਖ ਲੈ, ਅਨੁਜ ਨੂੰ ਰੱਖ ਲੈ, ਤੂੰ ਕਹਿਣਾ ਸੀ ਕਿ ਮੈਂ ਕਿੱਥੇ ਰੱਖਾਂ, ਕਿੱਥੇ ਰੱਖ ਲਵਾਂ ਇਹਨਾਂ ਨੂੰ। ਮੇਰੇ ਕੋਲ ਆ ਕੇ ਜੇ ਜ਼ਿਆਦਾ ਹੀ ਦੁਖੀ ਹੈ ਤਾਂ ਇਹਨੂੰ ਸਿੱਧਾ ਕਹਿ ਕੇ ਪ੍ਰਾਪਰਟੀ ਲਵਾਓ ਮੇਰੇ ਮੁੰਡੇ ਦੇ ਨਾਂ, ਫਿਰ ਦੇਖੀ ਭੱਜਦੇ। ਸੁਮਨ ਟੈਨਸ਼ਨ 'ਚ, ਤੈਨੂੰ ਪਤਾ ਹੀ ਆ ਹਿੱਸੇ ਹੁੱਸੇ ਅਤੇ ਪ੍ਰਾਪਰਟੀ ਦੀਆਂ ਗੱਲਾਂ ਤਾਂ ਮੈਨੂੰ ਕਰਨੀਆਂ ਆਉਂਦੀਆਂ ਨਹੀਂ, ਨਾ ਮੇਰੀ ਇੱਦਾਂ ਦੀ ਸੋਚ ਹੈ। ਮੇਰਾ ਇੰਨਾ ਸਿਰ ਭਾਰਾ ਹੋਇਆ ਜਿਸ ਦਾ ਕੋਈ ਹਿਸਾਬ ਨਹੀਂ, ਪਤਾ ਨਹੀਂ ਕਿਉਂ ਇੱਦਾਂ ਦੀਆਂ ਗੱਲਾਂ ਕਰਦੇ ਆ, ਮੇਰੇ ਤੋਂ ਨਹੀਂ ਚੱਲ ਹੁੰਦੀਆਂ ਹੁਣ। ਮੇਰਾ ਇੰਨਾ ਮਨ ਕਾਲਾ ਪਿਆ ਨਾ ਉੱਥੇ ਜਦ ਉਹ ਬੈਠੇ ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਸੀ। ਵਨੀਤਾ ਤਾਂ ਗੁੱਸੇ 'ਚ ਬੋਲਦੀ ਸੀ, ਮੇਰੇ ਕੋਲ ਤਾਂ ਬਾਅਦ 'ਚ ਕੁਝ ਬੋਲ ਹੀ ਨਾ ਹੋਵੇ, ਇੰਨੀ ਟੈਨਸ਼ਨ ਪਈ ਮੈਂ ਦੱਸ ਨਹੀਂ ਸਕਦੀ। ਦਿਲ ਕਰੇ ਭੱਜ ਜਾਵਾਂ ਕਿਤੇ ਨੂੰ, ਮੇਰਾ ਸਿਰ ਫਟਣ ਨੂੰ ਕਰਦਾ ਸੀ। ਲਤਾ ਗੱਲ ਬਦਲਦੇ ਹੋਏ, ਅੱਛਾ ਚੱਲ ਤੂੰ ਟੈਨਸ਼ਨ ਨਾ ਲੈ, ਛੱਡ ਇਸ ਗੱਲ ਨੂੰ, ਤੂੰ ਦੱਸ ਡਿਊਟੀ ਦਾ ਕਿੱਦਾਂ ਹੋਇਆ 1 ਤਰੀਕ ਦੀ। ਸੁਮਨ, ਹੋ ਗਈ ਡਿਊਟੀ ਐਕਸਚੇਂਜ, ਮੇਰੀ ਇੱਕ ਮੈਡਮ ਨਾਲ 4 ਦੀ ਲਵਾ ਲਈ ਮੈਂ। 4 ਨਵੰਬਰ ਨੂੰ ਕੰਟਰੋਲ ਰੂਮ 'ਚ ਨਵਾਂਸ਼ਹਿਰ ਰਹੂੰਗੀ 9 ਤੋਂ 5 ਤੱਕ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈੱਲ ਆਈਕਨ ਦੇ ਬਟਨ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ ਤਾਂ ਕਿ ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਤੱਕ ਜਲਦ ਪਹੁੰਚ ਸਕੇ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।